ਤੁਸੀਂ ਵੇਖ ਰਹੇ ਹੋ ਅੱਜ ਦਾ ਮੁੱਦਾ। ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ। ਸ਼ੁਰੂਆਤ ਇਸ ਪ੍ਰੋਗਰਾਮ ਦੀ ਕਰਾਂਗੇ। ਸਭ ਤੋਂ ਪਹਿਲਾਂ ਦੱਸ ਦਈਏ ਕਿ ਕਾਫੀ ਸਾਰੇ ਜਿਹੜੇ ਮਸਲੇ ਨੇ ਵੀਕਐਂਡ ਦੇ ਉੱਤੇ ਰਹੇ, ਉਹਨਾਂ ਮਸਲਿਆਂ ਵਿੱਚੋਂ ਇੱਕ ਮਸਲਾ ਜਿਹੜਾ ਹੈਗਾ ਪੰਜਾਬ ਦੇ ਵਿੱਚ ਮਹਾਮਾਰੀ ਦੇ ਮੌਕੇ ਕਿਸ ਤਰੀਕੇ ਦੀ ਸਿਚੁਏਸ਼ਨ ਬਣੀ ਹੋਈ ਹੈ, ਉਸ ਦੇ ਉੱਤੇ ਵੀ ਜਸ ਪੰਜਾਬੀ ਨੇ ਤੁਹਾਨੂੰ ਵੱਖ ਵੱਖ ਪ੍ਰੋਗਰਾਮਾਂ ਰਾਹੀਂ ਜਾਣਕਾਰੀ ਦਿੱਤੀ। ਇੱਕ ਵਿਸ਼ਾ ਹਾਲ ਫਿਲਹਾਲ ਦੇ ਵਿੱਚ ਹੀ ਸਾਹਮਣੇ ਆਇਆ, ਉਸ ਦੇ ਉੱਤੇ ਵੀ ਜਾਣਕਾਰੀ ਦੇਵਾਂਗੇ। ਲੇਕਿਨ ਸਭ ਤੋਂ ਪਹਿਲਾਂ ਮੈਂ ਜਾਣਕਾਰੀ ਦੇਵਾਂ, ਜਦ ਇਸ ਮਹਾਮਾਰੀ ਦੇ ਮੌਕੇ ਅਮੈਰੀਕਾ ਕੰਮ ਕਰ ਰਿਹਾ, ਜਿਵੇਂ ਕਿ ਕੇਅਰ ਐਕਟ ਕੱਢਿਆ ਜਿਹਦੇ ਵਿੱਚ ਸਟਿਮੂਲਸ ਪੈਕੇਜ ਦੇ ਤੌਰ 'ਤੇ $2 ਟ੍ਰਿਲੀਅਨ ਬਕਾਇਦਾ ਜਿਹੜਾ ਹੈਗਾ ਉਹ ਪਾਸ ਕੀਤਾ ਗਿਆ, ਔਰ ਹੈਲੀਕਾਪਟਰ ਮਨੀ ਇਕੋਨਮੀ ਨੂੰ ਬੂਸਟ ਕਰਨ ਦੇ ਲਈ ਛੱਡਿਆ ਗਿਆ। ਇਸੇ ਤਰੀਕੇ ਨਾਲ ਇੰਡੀਆ ਦੇ ਵਿੱਚ ਵੀ ਪ੍ਰਧਾਨ ਮੰਤਰੀ ਮੋਦੀ ਵੱਲੋਂ PM ਕੇਅਰ ਐਕਟ ਜਿਹੜਾ ਉਹਨੂੰ ਹੋਂਦ ਦੇ ਵਿੱਚ ਲਿਆਂਦਾ ਗਿਆ। ਪਰ ਸਵਾਲ ਵੱਡਾ ਇੱਥੇ ਇਹ ਬਣਦਾ ਕਿ ਜਦ PM ਫੰਡ ਆਲਰੇਡੀ ਹੋਂਦ ਦੇ ਵਿੱਚ ਸੀਗਾ ਤਾਂ ਇਸ PM ਕੇਅਰ ਐਕਟ ਦੀ ਲੋੜ ਕਿਉਂ ਪਈ? ਮੈਂ ਦਰਸ਼ਕਾਂ ਦੀ ਜਾਣਕਾਰੀ ਲਈ ਇਹ ਵੀ ਦੱਸ ਦੇਵਾਂ ਕਿ ਜਿਹੜਾ PM ਕੇਅਰ ਫੰਡ ਹੁੰਦਾ ਉਹਦੇ ਨੂੰ ਉਹਦੇ ਉੱਤੇ ਤੁਸੀਂ ਆਡਿਟ ਵੀ ਕਰਵਾ ਸਕਦੇ ਹੋ, ਔਰ ਜਿਹੜਾ PM ਕੇਅਰ ਐਕਟ ਹਾਲ ਫਿਲਹਾਲ ਦੇ ਵਿੱਚ ਆਇਆ ਉਹਨੂੰ ਆਡਿਟ ਨਹੀਂ ਕੀਤਾ ਜਾ ਸਕਦਾ, ਔਰ ਉਹਦੇ ਵਿੱਚ ਕਈ ਸਾਰੇ ਡੋਨੇਸ਼ਨ ਜਿਹੜੀਆਂ ਹਾਲ ਫਿਲਹਾਲ ਦੇ ਵਿੱਚ ਜਾ ਰਹੀਆਂ ਹਨ। ਚਲੋ ਕੋਈ ਗੱਲ ਨਹੀਂ। ਮਹਾਰਾਸ਼ਟਰ ਦੇ ਇੱਕ ਸਿਆਸਤਦਾਨ ਨੇ, ਸੀਨੀਅਰ ਪੋਲੀਟੀਸ਼ੀਅਨ ਨੇ, ਉਹਨਾਂ ਨੇ ਹਾਲ ਫਿਲਹਾਲ ਦੇ ਵਿੱਚ ਬਿਆਨ ਦਿੱਤਾ ਕਿ ਜਿੰਨੀ ਵੀ ਰਿਲੀਜੀਅਸ ਬਾਡੀ ਭਾਰਤ ਦੇ ਵਿੱਚ ਨੇ ਉਹ ਹੁਣ ਇਸ ਟਾਈਮ ਮਹਾਮਾਰੀ ਦੇ ਮੌਕੇ ਇਸ PM ਕੇਅਰ ਐਕਟ ਦਾ ਸਾਥ ਦੇਣ। ਉਹਨਾਂ ਨੇ ਕਿਹਾ ਜੋ ਵੀ ਫਿਕਸ ਡਿਪੋਜ਼ਿਟਸ ਤੁਹਾਡੀਆਂ ਨੇ ਜਾਂ ਫਿਰ ਤੁਹਾਡਾ ਗੋਲਡ ਜਿਹੜਾ ਪਿਆ ਉਹ ਤੁਸੀਂ PM ਕੇਅਰ ਐਕਟ ਦੇ ਵਿੱਚ ਦਿਓ, ਕਿਉਂਕਿ ਇਸ ਟਾਈਮ ਲੋੜ ਹੈਗੀ ਹੈ ਮਹਾਮਾਰੀ ਦੇ ਮੌਕੇ ਇਕੋਨਮੀ ਨੂੰ ਬੂਸਟ ਕਰਨ ਦੇ ਲਈ ਰਿਲੀਜੀਅਸ ਬਾਡੀ ਦੇ ਵਿੱਚ ਪਏ ਹੋਏ ਫੰਡਸ ਦੀ। ਔਰ ਜਦ ਇਸ ਬਿਆਨ ਦੇ ਉੱਤੇ ਪ੍ਰਤੀਕਰਮ ਦਿੱਤੇ ਗਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ, ਤਾਂ ਉਹਨਾਂ ਨੇ ਕਿਹਾ ਕਿ ਹਾਂ ਵਾਕਈ ਗੁਰੂ ਧਾਮਾਂ ਜਿਹੜੇ ਨੇ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ। ਪਰ ਗੱਲ ਇੱਥੇ ਇਹ ਬਣੀ, ਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੀ ਬਕਾਇਦਾ ਇੱਕ ਵੀਡੀਓ ਵੀ ਵਾਇਰਲ ਹੋਈ ਜਿਹਦੇ ਵਿੱਚ ਕਿਹਾ ਗਿਆ ਕਿ ਉਹਨਾਂ ਨੇ ਕਿਹਾ ਕਿ ਗੁਰਦੁਆਰਾ ਸਾਹਿਬਾਨਾਂ ਨੂੰ ਵੀ ਬਕਾਇਦਾ ਜਿਹੜਾ ਹੈਗਾ ਉਹ ਗੋਲਡ ਦਾਨ ਕਰ ਦਿੱਤਾ ਚਾਹੀਦਾ ਇਸ ਟਾਈਮ PM ਕੇਅਰ ਐਕਟ ਦੇ ਉੱਤੇ। ਪਰ ਜਦ ਸਾਡੀ ਟੀਮ ਨੇ ਉਹਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਮੈਂ ਗੁਰਦੁਆਰਾ ਸਾਹਿਬਾਨ ਕਹੇ ਨਹੀਂ। ਪਰ ਵੱਡੀ ਗੱਲ ਇੱਥੇ ਇਹ ਬਣਦੀ ਹੈ ਕਿ ਅੱਜ ਵੀ ਕੇਂਦਰ ਦੇ ਵਿੱਚ ਸਰਕਾਰ ਜਿਹੜੀ ਹੈ ਜਾਂ ਫਿਰ ਕੇਂਦਰ ਦੇ ਵਿੱਚ ਸਰਕਾਰ ਨੂੰ ਜਿਹੜੀ ਇੱਕ ਸ਼ਾਖਾ ਚਲਾ ਰਹੀ ਹੈ ਉਹਦੀ ਨਜ਼ਰ ਕਿੱਥੇ ਹੈ? ਅਸੀਂ ਜਾਣਦੇ ਹਾਂ ਕਿ ਜਦ ਦਰਬਾਰ ਸਾਹਿਬ ਦੇ ਵਿੱਚ ਵੀ ਦਰਸ਼ਨ ਦਿਓੜੀ ਦੇ ਮਸਲਾ ਸਾਹਮਣੇ ਆਇਆ ਸੀਗਾ, ਗੇਟਸ ਨੂੰ ਬਕਾਇਦਾ ਹਟਾਇਆ ਗਿਆ ਸੀਗਾ, ਸਟੀਲ ਦੇ ਗੇਟ ਲਾਏ ਗਏ ਸੀਗੇ, ਅਤੇ ਕਿੱਥੇ ਗਏ ਸੀਗੇ ਉਹ ਸੋਨੇ ਦੇ ਗੇਟ? ਹੁਣ ਜਦ ਮਨਜਿੰਦਰ ਸਿੰਘ ਸਿਰਸਾ ਕਹਿੰਦੇ ਨੇ ਤਾਂ ਨਿਸ਼ਾਨਾ ਕਿੱਥੇ ਜਾਂਦਾ? ਕਿਉਂਕਿ ਗਲਤੀ ਮਨਜਿੰਦਰ ਸਿੰਘ ਸਿਰਸਾ ਦੀ ਨਹੀਂ ਹੈ, ਗਲਤੀ ਹਮੇਸ਼ਾ ਹਾਈ ਕਮਾਨ ਦੀ ਹੁੰਦੀ ਹੈ, ਉਹਨਾਂ ਦੇ ਲੀਡਰਸ ਦੀ ਹੁੰਦੀ ਹੈ ਕਿ ਉਹ ਕਿਹਦੀ ਝੋਲੀ 'ਚ ਜਾ ਕੇ ਬੈਠੇ ਨੇ। ਇਸ ਗੱਲ ਦੇ ਵਿੱਚ ਕੋਈ ਦਰਾਵਾ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ ਲੰਬੇ ਸਮੇਂ ਤੋਂ BJP ਦੇ ਨਾਲ ਭਾਈਵਾਲ ਦੇ ਵਿੱਚ ਹੈਗੀ ਹੈ। ਹਾਲ ਫਿਲਹਾਲ ਦੇ ਵਿੱਚ ਚਲੋ ਦਿੱਲੀ ਦੇ ਵਿੱਚ ਇਹਨਾਂ ਦੀ ਗੱਲ ਨਹੀਂ ਬਣੀ, ਪਰ ਪੰਜਾਬ ਦੇ ਵਿੱਚ ਫਿਰ ਵੀ ਹੱਟੀ ਸੱਟੀ ਨੇ, ਦੋਨੋਂ ਇਕੱਠੇ ਹੀ ਨੇ, ਇੱਕ ਮੰਚ ਦੇ ਉੱਤੇ ਹੀ ਹੁੰਦੇ ਨੇ। BJP ਦੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ, ਇਹ ਤਾਂ ਹੋ ਗਈ ਸਿਆਸੀ ਗਲਿਆਰੇ ਦੇ ਵਿੱਚ ਗੱਲ। ਪੰਥਕ ਮੁੱਦਿਆਂ ਦੇ ਉੱਤੇ SGPC ਦੇ ਸਟੈਂਡ ਸਾਨੂੰ ਕਦੀ ਕਦਾਰ ਸਮਝ ਨਹੀਂ ਆਉਂਦੇ। SGPC ਆਪਣੀ ਜ਼ਿੰਮੇਵਾਰੀ ਕਦ ਨਿਭਾਏਗੀ? ਸਾਨੂੰ ਇਹ ਜਾਣਕਾਰੀ ਚਾਹੀਦੀ ਹੈ ਕਿ SGPC ਵਾਕਈ ਹੀ ਆਪਣੇ ਫੰਡਸ ਨੂੰ ਜਾਂ ਫਿਰ ਗੋਲਡ ਨੂੰ PM ਕੇਅਰ ਐਕਟ ਦੇ ਝੋਲੀ 'ਚ ਪਾਉਣਾ ਚਾਹੁੰਦੇ ਆ, ਕਿਉਂਕਿ ਬਟਰਿੰਗ ਤਾਂ ਕਰਨੀ ਹੈ ਨਾ ਜੀ, ਮੱਖਣ 'ਤੇ ਲਾਉਣਾ। ਸ਼ੁਰੂ ਤੋਂ ਕੰਮ ਰਿਹਾ SGPC ਦਾ, ਸ਼ੁਰੂ ਤੋਂ ਕੰਮ ਰਿਹਾ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦਾ, ਕੀ ਇਹ BJP ਦੀ ਝੋਲੀ 'ਚ ਨਹੀਂ ਬੈਠਦੇ?
ਇਹ ਬੈਠਦੇ ਨੇ ਆਰ ਐਸ ਐਸ ਦੀ ਝੋਲੀ 'ਚ ਜਾ ਕੇ ਔਰ ਜਦ ਉਹਨਾਂ ਦੀ ਝੋਲੀ 'ਚ ਬੈਠਦੇ ਨੇ ਤਾਂ ਫਿਰ ਜਦ ਬਿਆਨ ਨਿਕਲ ਜਾਂਦਾ ਮੂੰਹ ਤੋਂ ਤਾਂ ਉਹਨਾਂ ਨੂੰ ਲੱਗਦਾ ਕਿ ਇਹ ਤਾਂ ਐਡਿਟ ਹੋ ਗਿਆ ਜਾਂ ਤਾਂ ਮੇਰੇ ਤੋਂ ਗਲਤੀ ਹੋ ਗਈ ਦਿਸ ਐਂਡ ਦੈਟ ਖੁਸ਼ ਵੀ ਤਾਂ ਕਰਨਾ ਨਾ ਹਾਕਮ ਸਰਕਾਰ ਹੈ ਮੈਂ ਇੱਕ ਪਹਿਲਾਂ ਵੀਡੀਓ ਤੁਹਾਨੂੰ ਦਿਖਾ ਦੇਵਾਂ ਕਿ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਮਨਜਿੰਦਰ ਸਿੰਘ ਸਿਰਸਾ ਦੀ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਕੀ ਪ੍ਰਤੀਕਰਮ ਦਿੱਤੇ ਉਸ ਤੋਂ ਬਾਅਦ ਐਕਸਪਰਟਸ ਵੀ ਮੇਰੇ ਨਾਲ ਜੁੜਨਗੇ ਉਹਨਾਂ ਨਾਲ ਵੀ ਅਸੀਂ ਰਾਬਤਾ ਕਰਾਂਗੇ ਪਹਿਲਾਂ ਇਸ ਵੀਡੀਓ ਦੇ ਉੱਤੇ ਨਜ਼ਰ ਪਾ ਲੈਂਦੇ ਹਾਂ ਇਕਨੋਮਿਕ ਸੰਸਥਾਓਂ ਕੇ ਪਾਸ ਗੋਲਡ ਰਿਜ਼ਰਵ ਹੈ ਵੋ ਇਸ ਵਕਤ ਮਾਨਵਤਾ ਕੇ ਕਾਮ ਆਨਾ ਹੈ ਜੀ ਬਿਲਕੁਲ ਹਮ ਵੀ ਸਹਿਮਤ ਹੈ ਪ੍ਰਿਥਵੀਰਾਜ ਚੌਹਾਨ ਜੀ ਕੀ ਸਟੇਟਮੈਂਟ ਸੇ ਕਿ ਜੋ ਧਾਰਮਿਕ ਸੰਸਥਾਓਂ ਕੇ ਪਾਸ ਗੋਲਡ ਰਿਜ਼ਰਵ ਹੈ ਵੋ ਇਸ ਵਕਤ ਮਾਨਵਤਾ ਕੇ ਕਾਮ ਆਨਾ ਚਾਹੀਏ ਪਰ ਮੈਂ ਯੇ ਜ਼ਰੂਰ ਕਹੂੰਗਾ ਕਿ ਬਜਾਏ ਸਰਕਾਰ ਉਨਸੇ ਮਾਂਗੇ ਔਰ ਉਨ੍ਹੇ ਕਹੇ ਕਿ ਉਨਕੋ ਬੌਂਡ ਉਸਕੇ ਅਗੇਂਸਟ ਇਸ਼ੂ ਕਰੇ ਇੰਟਰਸਟ ਕੇ ਲੀਏ ਧਾਰਮਿਕ ਸੰਸਥਾਓਂ ਕੋ ਖੁਦ ਵੋਲੰਟੀਅਰਲੀ ਆਗੇ ਆਨਾ ਚਾਹੀਏ ਜੋ ਉਨਕੇ ਪਾਸ ਗੋਲਡ ਰਿਜ਼ਰਵ ਹੈ ਜਾਂ ਉਨਕੇ ਪਾਸ ਜੋ ਕੈਸ਼ ਬੈਂਕਸ ਕੇ ਅੰਦਰ ਵੀ ਜੋ ਐਫ ਡੀਸ ਹੈ ਰਿਜ਼ਰਵਸ ਹੈ ਉਸਕੇ ਲੀਏ ਵੀ ਉਨਕੋ ਮਾਨਵਤਾ ਕੀ ਸੇਵਾ ਕੇ ਲੀਏ ਉਨਕੋ ਆਗੇ ਲਾਨਾ ਚਾਹੀਏ ਕਿਉਂਕਿ ਮਾਨਵਤਾ ਸੇ ਬੜੀ ਕੋਈ ਸੇਵਾ ਨਹੀਂ ਹੋ ਸਕਤੀ ਅਗਰ ਹਮ ਧਰਮ ਕੇ ਲੋਕ ਹੈ ਤੋ ਯੇ ਪੈਸਾ ਮਾਨਵਤਾ ਕੀ ਸੇਵਾ ਕੇ ਲੀਏ ਹੈ ਗੁਰੂ ਨਾਨਕ ਦੇਵ ਜੀ ਨੇ ਤੋ ਹਮੇ ਯੇ ਸਿਧਾਂਤ ਹੀ ਦਿਆ ਹੈ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ਜੋ ਬਾਂਟ ਕਰ ਖਾਣੇ ਕਾ ਆਨੰਦ ਹੈ ਯਹੀ ਪਰਮਾਤਮਾ ਕੋ ਮਨਜ਼ੂਰ ਹੈ ਔਰ ਅਗਰ ਆਪਕੋ ਪਰਮਾਤਮਾ ਕੋ ਖੁਸ਼ ਕਰਨਾ ਹੈ ਤੋ ਆਪਣੇ ਇਨ ਰਿਸੋਰਸਿਸ ਕੋ ਮਾਨਵਤਾ ਕੇ ਸਾਥ ਬਾਂਟਣਾ ਚਾਹੀਏ ਇਸ ਲਈ ਸਭੀ ਧਾਰਮਿਕ ਸੰਸਥਾਓਂ ਕਾ ਫਰਜ਼ ਬਣਤਾ ਹੈ ਕਿ ਐਸੇ ਮੇਂ ਵੋ ਖੁਦ ਵੋਲੰਟੀਅਰਲੀ ਆਗੇ ਆਏ ਅਗਰ ਕੋਈ ਗੋਲਡ ਰਿਜ਼ਰਵ ਜੋ ਹੈ ਆਪਣੇ ਬੌਂਡ ਕੇ ਰੂਪ ਮੇਂ ਸਰਕਾਰ ਕੋ ਦੇ ਸਕਤਾ ਵੋ ਵੀ ਦੇ ਅਗਰ ਕੋਈ ਕੈਸ਼ ਰਿਜ਼ਰਵ ਜੋ ਆਪਣੇ ਸਰਕਾਰ ਕੋ ਚਾਹੇ ਵੋ ਲੈਂਡ ਕਰੇ ਟੈਂਪਰੇਰੀ ਫੇਸ ਕੇ ਲੀਏ ਚਾਹੇ ਵੋ ਜੈਸੇ ਵੀ ਮਾਨਵਤਾ ਕੀ ਸੇਵਾ ਇਨ ਰਿਸੋਰਸਿਸ ਸੇ ਕੀ ਜਾ ਸਕੇ ਹਮੇ ਕਰਨੀ ਚਾਹੀਏ ਯੇ ਰਿਸੋਰਸਿਸ ਮਾਨਵਤਾ ਕੀ ਸੇਵਾ ਕੇ ਲੀਏ ਥੇ ਭਗਵਾਨ ਨੇ ਹਮੇ ਇਸ ਲਈ ਤਾਕਤ ਦੀ ਔਰ ਹਮੇ ਯੇ ਕਾਮ ਕਰਨਾ ਚਾਹੀਏ ਵੀਡੀਓ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਵਾਇਰਲ ਹੋ ਰਹੀ ਹੈ ਹੁਣ ਤੁਹਾਨੂੰ ਸੁਣਾਉਂਦੇ ਹਾਂ ਜਦ ਸਾਡੀ ਟੀਮ ਨੇ ਮਨਜਿੰਦਰ ਸਿੰਘ ਸਿਰਸਾ ਹੋਰਾਂ ਨੂੰ ਸੰਪਰਕ ਕੀਤਾ ਔਰ ਕਿਹਾ ਕਿ ਤੁਸੀਂ ਇਸ ਬਿਆਨ ਦੇ ਉੱਤੇ ਆਪਣੇ ਪ੍ਰਤੀਕਰਮ ਦਿਓ ਤਾਂ ਉਹਨਾਂ ਨੇ ਕੀ ਕਿਹਾ ਉਹਨੂੰ ਵੀ ਸੁਣਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣ ਲੱਗਾ ਜਿਹੜੀ ਆਡਿਟ ਕਰਕੇ ਮੇਰੀ ਸੋਸ਼ਲ ਮੀਡੀਆ 'ਤੇ ਪਾਈ ਗਈ ਔਰ ਇਹ ਕਿਹਾ ਜਾ ਰਿਹਾ ਹੈ ਕਿ ਮੈਂ ਇਹ ਗੱਲ ਕਹੀ ਆ ਸਿੱਖ ਸੰਸਥਾਵਾਂ ਦਾ ਸੋਨਾ ਜਿਹੜਾ ਹੈ ਉਹ ਸਰਕਾਰ ਨੂੰ ਦੇ ਦੇਣਾ ਚਾਹੀਦਾ ਹੈ ਇਹਦੇ 'ਚ ਕਿਹਾ ਜਾ ਰਿਹਾ ਹੈ ਜੋ ਸਿੱਖ ਸੰਸਥਾਓਂ ਕੇ ਪਾਸ ਗੋਲਡ ਰਿਜ਼ਰਵ ਹੈ ਕੋਈ ਸੁਣੇਗਾ ਤਾਂ ਯਕੀਨੀ ਤੌਰ 'ਤੇ ਉਹਨੂੰ ਗੁੱਸਾ ਵੀ ਆਏਗਾ ਉਹਨੂੰ ਠੇਸ ਵੀ ਪਹੁੰਚੇਗੀ ਕਿ ਮੈਂ ਇਹ ਗੱਲ ਕਿਵੇਂ ਕਹਿ ਸਕਦਾ ਨਾ ਹੀ ਮੈਂ ਕਦੀ ਗੱਲ ਕਹੀ ਮੇਰੀ ਓਰੀਜਨਲ ਵੀਡੀਓ ਦੇ ਅੰਦਰ ਨੂੰ ਅੰਦਰ ਸਿੱਖ ਵਰਡ ਪਾ ਦਿੱਤਾ ਗਿਆ ਸਵਾਲ ਹੀ ਨਹੀਂ ਹੈਗਾ ਸੀ ਸਿੱਖ ਸੰਸਥਾਵਾਂ ਤੋਂ ਲੈ ਕੇ ਨਾ ਤਾਂ ਗੁਰੂ ਘਰਾਂ ਤੋਂ ਲੈ ਕੇ ਸਵਾਲ ਸੀਗਾ ਸਵਾਲ ਤਾਂ ਇਹ ਸੀ ਕਿ ਜਿਨ੍ਹਾਂ ਲੋਕਾਂ ਦੇ ਕੋਲ ਟਨ ਟਨ ਸੋਨਾ ਪਿਆ ਹੈ ਕਿਆ ਉਹਨਾਂ ਨੂੰ ਇਹ ਘੱਟ ਪੈਸੇ ਦੇ ਉੱਤੇ ਘੱਟ ਇੰਟਰਸਟ ਦੇ ਉੱਤੇ ਸਰਕਾਰ ਨੂੰ ਬੌਂਡ ਦੇ ਰੂਪ 'ਚ ਦੇਣਾ ਚਾਹੀਦਾ ਅਤੇ ਮੇਰਾ ਜਵਾਬ ਇਹ ਸੀ ਕਿ ਇਹ ਮਾਨਵਤਾ ਦੀ ਸੇਵਾ ਵਾਸਤੇ ਜੋ ਵੀ ਜਿਸ ਤਰੀਕੇ ਵੀ ਸੇਵਾ ਕਰ ਸਕਦਾ ਉਹਨੂੰ ਕਰਨੀ ਚਾਹੀਦੀ ਹੈ ਮੈਂ ਇਹ ਵੀ ਗੱਲ ਕਹੀ ਕਿ ਅਸੀਂ ਤਾਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਸਿਧਾਂਤ 'ਤੇ ਚੱਲਣ ਵਾਲੇ ਲੋਕ ਹਾਂ ਕਿਰਤ ਕਰੋ ਨਾਮ ਜਪੋ ਵੰਡ ਛਕੋ ਔਰ ਇਹ ਵੰਡ ਕੇ ਛਕਣ ਵਾਲੇ ਅਸੀਂ ਸਿੱਖ ਲੋਕ ਹਾਂ ਅਤੇ ਅਸੀਂ ਤਾਂ ਸਭ ਤੋਂ ਵੱਡੀ ਸੇਵਾ ਮਾਨਵਤਾ ਦੀ ਕਰ ਰਹੇ ਹਾਂ ਮੈਂ ਹੱਥ ਬੰਨ ਕੇ ਬੇਨਤੀ ਕਰਦਾ ਜਿਨ੍ਹਾਂ ਨੇ ਕੀਤਾ ਐਸਾ ਕੰਮ ਆਪਾਂ ਨੂੰ ਨਹੀਂ ਕਰਨਾ ਚਾਹੀਦਾ ਯਕੀਨੀ ਤੌਰ 'ਤੇ ਜਦੋਂ ਕੋਈ ਸੁਣੇਗਾ ਵੀ ਸਿਰਸਾ ਨੇ ਕਿਹਾ ਹੈ ਕਿ ਸਿੱਖ ਸੰਸਥਾਵਾਂ ਦਾ ਸੋਨਾ ਜਾਂ ਕਈ ਕਹਿ ਰਹੇ ਨੇ ਦਰਬਾਰ ਸਾਹਿਬ ਦਾ ਸੋਨਾ ਲਾ ਕੇ ਸਿਰਸੇ ਨੇ ਕਿਹਾ ਸਰਕਾਰ ਨੂੰ ਦੇ ਦਿਓ ਅਤੇ ਕਿਸੇ ਦਾ ਦਿਲ ਦੁਖਣਾ ਸੁਭਾਵਿਕ ਆ ਮੈਂ ਜਿਨ੍ਹਾਂ ਦਾ ਇਸ ਆਡਿਟ ਵੀਡੀਓ ਕਰਕੇ ਵੀ ਦਿਲ ਦੁਖਿਆ ਮੈਂ ਉਹਨਾਂ ਤੋਂ ਵੀ ਹੱਥ ਬੰਨ ਕੇ ਖਿਮਾ ਜਾਚਨਾ ਕਰਦਾ ਔਰ ਮੈਂ ਬਿਲਕੁਲ ਸਪਸ਼ਟ ਅਲਫਾਜ਼ਾਂ 'ਚ ਕਹਿੰਦਾ ਨਾ ਹੀ ਮੈਂ ਕਦੀ ਗੱਲ ਕਹੀ ਹਾਂ ਨਾ ਹੀ ਕਦੀ ਕਹਿ ਸਕਦਾ ਨਾ ਹੀ ਮੈਂ ਕਲਪਨਾ ਕਰ ਸਕਦਾ ਫਿਰ ਵੀ ਜਿਨ੍ਹਾਂ ਦਾ ਦਿਲ ਦੁਖਿਆ ਮੈਂ ਉਹਨਾਂ ਤੋਂ ਮਾਫ਼ੀ ਵੀ ਚਾਹੁੰਦਾ ਔਰ ਜਿਨ੍ਹਾਂ ਨੇ ਕੰਮ ਕੀਤਾ ਮੈਂ ਉਹਨਾਂ ਨੂੰ ਬੇਨਤੀ ਕਰਦਾ ਆਪਾਂ ਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਗੁਰੂ ਘਰ ਦੀ ਉਪਮਾ ਤੇ ਵਡਿਆਈ ਪੂਰੀ ਦੁਨੀਆ 'ਚ ਹੋ ਰਹੀ ਆ ਉਹਦੇ ਕਰਕੇ ਆਪਾਂ ਈਰਖਾ ਕਰੀਏ ਵੀ ਇੱਕ ਕਮੇਟੀ ਦੀ ਹੋ ਰਹੀ ਆ ਕਿਉਂ ਮਾੜੀ ਚੰਗੀ ਗੱਲ ਹੋ ਰਹੀ ਆ ਇਹਨਾਂ ਨੂੰ ਡਾਊਨ ਕਰੋ ਇਹਨਾਂ ਨੂੰ ਥੱਲੇ ਲੈ ਕੇ ਆਓ ਇਹ ਚੰਗੀ ਗੱਲ ਨਹੀਂ ਹੈਗੀ ਫਿਰ ਵੀ ਜੇ ਕਿਸੇ ਦਾ ਦਿਲ ਦੁਖਿਆ ਦੁਖਣਾ ਯਕੀਨੀ ਸੀ ਮੈਂ ਮਾਫ਼ੀ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਸਲਾ ਇੱਥੇ ਬਣਦਾ ਕਿ ਇੰਟੈਂਸ਼ਨ ਜਿਹੜੀ ਹੈ ਉਹ ਨਜ਼ਰ ਆਣੀ ਚਾਹੀਦੀ ਹੈ ਕਿ ਸਾਡੇ ਜਿਹੜੇ ਅੱਜ ਸਿਆਸੀ ਲੀਡਰ ਨੇ ਭਾਵੇਂ ਉਹ ਧਾਰਮਿਕ ਲੀਡਰ ਨੇ ਉਹਨਾਂ ਦੀ ਇੰਟੈਂਸ਼ਨ ਕੀ ਹੈ ਕਿ ਉਹ ਅੱਜ ਨਤਮਸਤਕ ਹੋ ਜਾਂਦੇ ਹਨ ਹਾਕਮ ਸਰਕਾਰਾਂ ਦੇ ਅੱਗੇ ਜਾ ਕੇ ਔਰ ਸਿਰਫ ਆਪਣੇ ਚੌਧਰ ਪੁਣੇ ਦੇ ਲਈ ਆਪਣੀ ਸੀਟ ਨੂੰ ਬਚਾਉਣ ਦੇ ਲਈ ਜਾਂ ਫਿਰ ਆਪਣੀ ਇਸ ਸਿਆਸੀ ਪੂਰੇ ਇਸ ਪੋਲੀਟਿਕਸ ਨੂੰ ਅੱਗੇ ਲਿਜਾਉਣ ਦੇ ਲਈ ਜਾਂ ਫਿਰ ਆਪਣੀ ਇਲੈਕਸ਼ਨ ਜਿੱਤਣ ਦੇ ਲਈ ਤੁਸੀਂ ਜਿਹੜਾ ਜਜ਼ਬਾਤਾਂ ਦੀ ਕਦਰ ਹੈ ਉਹ ਤੁਸੀਂ ਨਾ ਕਰੋ ਪਰ ਅਸੀਂ ਇਸ ਗੱਲ ਨੂੰ ਮੰਨਦੇ ਹਾਂ ਕਿ ਲੰਬੇ ਸਮੇਂ ਤੋਂ ਇਹ ਕੋਸ਼ਿਸ਼ ਚੱਲ ਰਹੀ ਹੈ ਕਿ ਸਿੱਖ ਇਤਿਹਾਸ ਦੇ ਨਾਲ ਭਾਵੇਂ ਛੇੜਛਾੜ ਦੀ ਗੱਲ ਹੋਵੇ ਔਰ ਜਦ ਵੀ ਗੱਲ ਆਰਟੀਕਲ 25B ਸੰਸ਼ੋਧਨ ਦੀ ਆਉਂਦੀ ਹੈ ਸਿੱਖ ਅਮੈਂਡਮੈਂਟ ਦੀ ਗੱਲ ਆਉਂਦੀ ਹੈ ਤਾਂ ਵੀ
सानू कदी जवाब नहीं मिलिया। कई सारे मुद्दे ने और मैं जब उन्हां मुद्दियां दी गल करदा ते अगर मैं लिस्ट खोलांगा तो बहुत वड्डी हो जाएगी। तमाम पैनलिस्ट मेरे नाल जुड़नगे, तुसीं कित्थे ना जाना, इस मुद्दे दे उत्ते करांगे विचार तकरार इस ब्रेक तो उस पार। ब्रेक बाद स्वागत है ते गल अज हो रही है जिहड़े वीडियोज़ सोशल मीडिया के उत्ते वायरल होए मनजिंदर सिंह सिरसा होरां दे, और उस तो अलावा की सोच हैगी है नवी भारत सरकार की और पीएम केयर एक्ट की लोड़ क्यों पई और पीएम केयर एक्ट तो किस सुफने नू पूरा किया जा रहा है भारत दे विच, इन्हां गल्लां दे उत्ते जवाब लवांगे। मेरे नाल पैनलिस्ट मौजूद ने इस मंच के उत्ते, मैं उन्हां दोनों का स्वागत करदा। सब तो पहला डी कारलेकर जी जो कि RSS के जानकार ने, उन्हां दा असीं स्वागत करते हैं। न्यूजर्सी USA तो साडे नाल जुड़े हुए ने ते नाल ही गुरप्रीत सिंह कैलीफोर्निया साइड नाल मौजूद ने जो कि सिख एक्टिविस्ट भी ने और काफ़ी बार इन्हों सोशल मीडिया के उत्ते वक्-वक् इशूज़ के उत्ते असी इन्हों के विचार सुने ने। सो दोनों का मैं स्वागत करदा। सब तो पहला तो मैं गुरप्रीत सिंह कैलीफोर्निया जी तुहाडे तो जानना चाहवागा किस तरीके नाल वेखदे हो और की तुहानूं लगता है और की साजिश चल रही है। ਤੁਹਾਡੀ ਆਡੀਓ ਨਹੀਂ ਆ ਰਹੀ ਗੁਰਪ੍ਰੀਤ ਸਿੰਘ ਜੀ। ਅੱਛਾ, ਹਾਂਜੀ ਹਾਂਜੀ, ਮੈਂ ਕਿਹਾ ਇੱਕ ਤੇ ਦੇਖੋ ਜਿਹੜੀ ਵੀਡੀਓ ਘੁੰਮ ਰਹੀ ਸਿਰਸਾ ਸਾਹਿਬ ਦੀ ਨਵੀਂ, ਉਹ ਕਹਿੰਦੇ ਐਡਿਟ ਕੀਤੀ ਹੋਈ ਹੈ ਜੀ। ਹੁਣ ਉਹਦੇ ਵਿੱਚ ਸਮਝਣ ਵਾਲੀ ਗੱਲ ਇਹ ਹੈ ਵੀ ਇਹ ਸ਼ਰਾਰਤ ਕਿਉਂ ਕੀਤੀ ਗਈ ਹੈ ਜੀ। ਉਹ ਕਹਿ ਰਹੇ ਨੇ ਕਿ ਜਿੰਨੀਆਂ ਵੀ ਧਾਰਮਿਕ ਸੰਸਥਾਵਾਂ ਨੇ ਸੋਨਾ ਜਿਹੜਾ ਰਿਜ਼ਰਵ ਰੱਖਿਆ ਹੋਇਆ ਉਹਨੂੰ ਦੇ ਦੇਣਾ ਚਾਹੀਦਾ ਹੈ ਜੀ। ਹੁਣ ਜੇ ਤੁਸੀਂ ਕਹੋ ਵੀ ਸਿੱਖ ਧਰਮ ਸੰਸਥਾ ਵੀ ਆਪਣਾ ਸੋਨਾ ਦੇਵੇ, ਤੁਹਾਨੂੰ ਸ਼ਾਇਦ ਪਤਾ ਹੀ ਵੀ ਆਪਾਂ ਗੁਰੂ ਘਰਾਂ ਚ ਸੋਨਾ ਅਸੀਂ ਰਿਜ਼ਰਵ ਨਹੀਂ ਰੱਖਦੇ ਕਦੇ ਵੀ, ਸਾਡਾ ਜਿਹੜਾ ਸੋਨਾ ਉਹ ਲੱਗਾ ਗੁੰਮਦਾਂ ਦੇ ਉੱਤੇ ਜਾਂ ਚਾਂਦਰੀਆਂ ਉੱਤੇ ਜਾਂ ਕਿਸੇ ਰੂਪ ਦੇ ਵਿੱਚ, ਸਾਡੇ ਕੋਲ ਰਿਜ਼ਰਵ ਸੋਨਾ ਰਹਿੰਦਾ। ਰਾਈਟ। ਦੂਸਰੀ ਗੱਲ ਜਿਹੜੀ ਉਹਨਾਂ ਆਖੀ ਹੈ, ਉਹਨਾਂ ਇਹ ਨਹੀਂ ਕਿਹਾ ਵੀ ਦੇ ਦਿਓ, ਉਹ ਕਹਿੰਦੇ ਘੱਟ ਵਿਆਜ ਦੇ ਉੱਤੇ ਤੁਸੀਂ ਉਹ ਸੋਨਾ ਜਿਹੜਾ ਸਰਕਾਰ ਨੂੰ ਤੁਸੀਂ ਦੇ ਸਕਦੇ ਹੋ। ਉਹਨਾਂ ਇਹ ਆਖਿਆ ਕਿਉਂਕਿ ਤੁਹਾਨੂੰ ਪਤਾ ਜਿਹੜਾ ਆਪਣਾ ਸੰਕਲਪ ਹੈ, ਅਸੀਂ ਨਾ ਦੇਖਿਆ ਹਿੰਦੂ ਨਾ ਦੇਖਿਆ ਮੁਸਲਮਾਨ, ਅਸੀਂ ਲੰਗਰ ਹਰ ਥਾਂ ਲਾਏ ਨੇ। ਅੱਜ ਜਿਹੜੇ ਹਿੰਦੂ ਵੀਰ ਨੇ ਸਾਡੇ ਉਹ ਇੰਨੇ ਖੁਸ਼ ਨੇ, ਇੱਕ ਸਾਡਾ ਵੀਰ ਕਹਿ ਰਿਹਾ ਹੈ ਕਿ ਮੰਦਰ ਚ ਦਾਨ ਨਾ ਦੋ ਗੁਰਦੁਆਰੇ ਚ ਦਾਨ ਦੋ, ਸਿੱਖ ਦੀ ਦੁਕਾਨ ਤੋਂ ਸਮਾਨ ਖਰੀਦੋ ਕਿਉਂਕਿ ਲੰਗਰ ਲਾਉਂਦੇ ਨੇ ਔਰ ਇਹ ਡੋਨੇਸ਼ਨ ਦਿੰਦੇ ਨੇ ਔਰ ਮੰਦਰਾਂ ਦੀ ਗੱਲ ਕਰ ਰਿਹਾ। ਮੈਨੂੰ ਨੀ ਪਤਾ ਜਿਹੜੀ ਉਹਦੀ ਜ਼ੁਬਾਨੀ ਉਹ ਇਹ ਹੈ ਕਿ ਸਿਰਫ ਸਿਰੜੀ ਮੰਦਰ ਦੇ ਵਿੱਚੋਂ 50 ਕਰੋੜ ਰੁਪਇਆ ਆਇਆ, ਬਾਕੀ ਕਿਸੇ ਨੇ ਦਾਨ ਨਹੀਂ ਕੀਤਾ। ਸੋ ਇਹ ਜਿਹੜੀ ਗੱਲ ਇਹ ਉਹਨਾਂ ਮੰਦਰਾਂ ਦੇ ਢੁਕਦੀ, ਬਾਲਾ ਜੀ ਤਿਰੁਪਤੀ ਜਿੰਨੇ ਮੰਦਰ ਨੇ ਵੀ ਉਹਨਾਂ ਕੋਲ ਜਿੰਨਾ ਵੀ ਰਿਜ਼ਰਵ ਪਿਆ ਹੈ ਉਹਨਾਂ ਨੂੰ ਸਰਕਾਰ ਨੂੰ ਦੇ ਦੇਣਾ ਚਾਹੀਦਾ। ਜਿਵੇਂ ਕਹਿੰਦੇ ਸਾਡਾ ਇੱਕ ਮੰਦਰ ਹੈ ਜਿਹਦੇ 4 ਦਰਵਾਜ਼ੇ ਖੋਲੇ ਸੀਗੇ, ਸੋਨਾ ਨਿਕਲ ਆਇਆ, ਸੋਨੇ ਦਾ ਭਾਅ ਨਿਕਲਿਆ, ਵਟ ਸੋਰ ਜੋ ਕਹਾਣੀਆਂ ਨੇ। ਗੁਰੂ ਘਰਾਂ ਦੇ ਵਿੱਚ ਸੋਨਾ ਕਿਤੇ ਵੀ ਰਿਜ਼ਰਵ ਨਹੀਂ ਪਿਆ ਹੁੰਦਾ ਕਿਸੇ ਕੋਲ ਵੀ। ਰਾਈਟ। ਸੋ ਇਸ ਕਰਕੇ ਉਹਨਾਂ ਦਾ ਬਿਆਨ ਜਿਹੜਾ ਉਹ ਧਾਰਮਿਕ ਸੰਸਥਾਵਾਂ ਵਾਸਤੇ ਕਿਹਾ, ਸਿੱਖ ਜੋੜਦਾ ਗਿਆ ਹੈ, ਕਿੰਨੇ ਕੀਤਾ ਇਹਦੇ ਬਾਰੇ ਮੈਨੂੰ ਨਹੀਂ ਪਤਾ। ਠੀਕ ਹੈ ਗੁਰਪ੍ਰੀਤ ਸਿੰਘ ਜੀ, ਜਦ ਗੱਲ ਇੱਥੇ RSS ਦੀ ਆਉਂਦੀ ਹੈ ਤਾਂ ਕਈ ਸਾਰੇ ਜਿਹੜੇ ਸਵਾਲ ਨੇ ਸਾਡੇ ਮਨ ਦੇ ਵਿੱਚ ਆ ਜਾਂਦੇ ਆ, ਤਾਂ ਮੈਂ ਚਾਹਾਂਗਾ ਕਿ ਉਹਨਾਂ ਦੇ ਉੱਤੇ ਤੁਹਾਨੂੰ ਕੀ ਲੱਗਦਾ ਕਿ ਅੱਜ ਬਕਾਇਦਾ ਡੀ ਕਾਰਲੇਕਰ ਜੀ ਵੀ ਇੱਥੇ ਮੌਜੂਦ ਨੇ, ਸੋ ਮੈਂ ਚਾਹੁੰਦਾ ਕਿ ਇੱਕ ਡਿਬੇਟ ਹੋਏ ਇਸ ਦੇ ਉੱਤੇ ਔਰ ਜਿਹੜੇ ਵਾਕਈ ਤੁਹਾਨੂੰ ਲੱਗਦਾ ਕਿ ਇਸ਼ੂਜ਼ ਨੇ, ਸੋ ਯੂ ਕੈਨ ਆਸਕ ਡੀ ਕਾਰਲੇਕਰ ਜੀ। ਅਸੀਂ ਸਾਡੀ ਲੰਬੀ ਕਾਫੀ ਸਾਰੀ ਲੰਬੀ ਗੱਲ ਇਹਨਾਂ ਹੋ ਚੁੱਕੀ ਹੋਈ ਹੈ, ਇਸੇ ਹੁਣੇ ਇਸੇ ਬ੍ਰੇਕ ਦੌਰਾਨ ਹੀ ਅਸੀਂ ਗੱਲਾਂ ਕਰ ਰਹੇ ਸੀ RSS ਬਾਰੇ ਔਰ ਇਹਨਾਂ ਦਾ ਜੋ ਧਰਮ ਦੇ ਉੱਤੇ ਜੋ ਵੀ ਇਹਨਾਂ ਦੀ ਚੱਲ ਰਹੀ ਹੈ, ਜਿਵੇਂ ਮੋਦੀ ਸਾਹਿਬ ਬਾਰੇ ਕਹਿ ਰਹੇ ਨੇ ਵੀ ਉਹਨਾਂ ਨੂੰ ਬੜੇ ਸਨਮਾਨ ਮਿਲ ਰਹੇ, ਇਹੋ ਗੱਲਾਂ ਚੱਲ ਰਹੀਆਂ ਸਾਡੀ ਆਪਸ ਦੇ ਵਿੱਚ। ਲੰਬੇ ਸਮੇਂ ਤੋਂ ਕਵਾਇਦ ਚੱਲ ਰਹੀ ਹੈ ਹਿੰਦੂ ਰਾਸ਼ਟਰ ਏਜੰਡੇ ਦੀ ਔਰ ਮਾਈਨੋਰਿਟੀਜ਼ ਘੱਟ ਗਿਣਤੀਆਂ ਦੀ ਗੱਲ ਕਰੀਏ ਵਿੱਚ ਸਿੱਖ ਕਮਿਊਨਿਟੀ ਵੀ ਬਕਾਇਦਾ ਤੌਰ ਤੇ ਮੌਜੂਦ ਹੈਗੀ ਹੈ, ਉਹਨਾਂ ਵੱਲੋਂ ਹਮੇਸ਼ਾ ਰੋਸ਼ ਪ੍ਰਗਟਾਇਆ ਜਾਂਦਾ ਕਿ ਅਸੀਂ ਮਹਿਫੂਜ਼ ਨਹੀਂ ਫੀਲ ਕਰਦੇ ਆ ਭਾਰਤ ਦੇ ਵਿੱਚ। ਦੇਖੋ ਗੱਲ ਇਹ ਹੈ ਵੀ ਜਿਹੜਾ PM ਰਿਲੀਫ ਫੰਡ ਉਹ 1700 ਤੋਂ ਚੱਲੇ ਆ ਰਿਹਾ ਹੈ ਜੀ। ਮੋਦੀ ਸਾਹਿਬ ਨੇ ਨਵਾਂ ਫੰਡ ਨਵਾਂ ਇਹ ਕਿਉਂ ਖੋਲਿਆ ਜੀ? ਸਵਾਲ ਹੁਣ ਦੇਖੋ, ਹੁਣ ਇਹ ਸਾਰੀ ਤੁਸੀਂ ਅਗਰ ਪਿੱਛੇ ਡੀਮੋਨੇਟਾਈਜੇਸ਼ਨ ਤੋਂ ਆ ਤਾਂ ਸਾਰੀ ਗੇਮ ਆਪਣੇ ਆਪ ਸਮਝ ਆ ਜਾਏਗੀ। ਹਾਂ, ਮੋਦੀ ਜੀ ਨੇ ਕਿਹਾ ਵੀ ਸਾਰੇ ਆਪਣੇ ਖਾਤੇ ਖੋਲੋ, 15-15 ਲੱਖ ਰੁਪਇਆ ਪਾਵਾਂਗੇ ਅਸੀਂ। ਪਹਿਲਾਂ ਖਾਤੇ ਖੋਲ ਕੇ ਹੁਣ ਖਾਤੇ ਤੇ 500 ਰੁਪਇਆ ਬੈਲੈਂਸ ਰੱਖਣਾ ਪੈਣਾ ਘੱਟੋ ਘੱਟ, ਉੱਥੋਂ ਤਾਂ ਨਹੀਂ ਰੱਖਦੇ ਤੇ ਤੁਹਾਡੀ ਫੀਸਾਂ ਕੱਟ ਹੁੰਦੀਆਂ ਨੇ। ਡੀਮੋਨੇਟਾਈਜੇਸ਼ਨ ਦਾ ਦੇਸ਼ ਨੂੰ ਕੋਈ ਫਾਇਦਾ ਨਹੀਂ ਹੋਇਆ, ਕੋਈ ਆਤੰਕਵਾਦੀ ਜਿਹੜੇ ਸੰਗਠਨ ਉਹ ਨਹੀਂ ਰੁਕੇ, ਕਿਸੇ ਦਾ ਪੈਸਾ ਨਹੀਂ ਰੁਕਿਆ। ਹਾਲਾਂਕਿ BJP ਦੇ ਜਿਹੜੇ ਨੇਤਾ ਫੜੇ ਗਏ ਜਿਹਨਾਂ ਦੀਆਂ ਗੱਡੀਆਂ ਦੇ ਵਿੱਚ ਉਹ ਨਿਕਲਿਆ, ਕ੍ਰੈਸ਼ ਨਿਕਲਿਆ,
ਗੁਰਪ੍ਰੀਤ ਜੀ, ਇੱਕ ਗੱਲ ਹੁੰਦੀ ਹੈ ਕਿ ਜਿੱਥੇ ਅਸੀਂ ਇਹਨਾਂ ਨੂੰ ਵੇਖਦੇ ਹਾਂ ਕਿ ਕੈਸ਼ ਨਿਕਲਦਾ, ਜਾਂ ਫਿਰ ਅਦੀ ਗੱਲ ਕਰੀਏ, ਸਭ ਤੋਂ ਅਹਿਮ ਗੱਲ ਸਾਡੇ ਲਈ ਹੈਗੀ ਸਾਡੀ ਐਕਨੋਲੇਜਮੈਂਟ ਔਫ ਰਿਕੋਗਨੀਸ਼ਨ, ਜੋ ਅੱਜ ਅਮੈਰੀਕਾ ਦੇ ਵਿੱਚ ਬਕਾਇਦਾ ਮੌਜੂਦ ਹੈ। ਇੱਥੇ ਸਾਡੀ ਰਿਕੋਗਨੀਸ਼ਨ ਜਿਹੜੀ ਹੈਗੀ ਹੈ, ਸਾਨੂੰ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈ ਕਿ ਆਪਾਂ ਕਿਹੜੀ ਰੇਸ ਤੋਂ ਔਰ ਕੌਣ ਹਾਂ ਔਰ ਕਿਹੜਾ ਰਿਲੀਜਨ ਹੈ ਸਾਡਾ। ਇੰਡੀਆ ਦੇ ਵਿੱਚ ਸਾਨੂੰ ਇਹ ਜਦੋ ਜਹਿਦ ਕਿਉਂ ਕਰਨੀ ਪੈਂਦੀ ਹੈ, ਕਿਉਂ ਨਹੀਂ ਅੱਜ ਤੱਕ ਜਿਹੜਾ ਆਰਟੀਕਲ 25B ਦੇ ਵਿੱਚ ਅਮੈਂਡਮੈਂਟ ਦੀ ਗੱਲ ਹੈ ਉਹ ਸਾਡੇ ਸਿਆਸਤਦਾਨਾਂ ਵੱਲੋਂ ਕੀਤਾ ਜਾਂਦਾ? ਇਹ ਮੈਂ ਸਵਾਲ ਡੀ ਕਾਰਲੇਕਰ ਜੀ ਤੋਂ ਲੈਣਾ ਚਾਹਾਂਗਾ। ਕਾਰਲੇਕਰ ਜੀ, ਸਭ ਤੋਂ ਪਹਿਲਾਂ ਮੈਂ ਤੁਹਾਡੇ ਓਪਨਿੰਗ ਕਮੈਂਟ ਲੈਣਾ ਚਾਹਾਂਗਾ ਇਸ ਇਸ਼ੂ ਦੇ ਉੱਤੇ। ਸਭ ਤੋਂ ਪਹਿਲੇ ਸਤਿ ਸ਼੍ਰੀ ਅਕਾਲ ਜਸਟ ਟੀਵੀ ਕੇ ਸਾਰੇ ਵਿਊਅਰਸ ਕੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। आपका सवाल पीएम केयर फंड के प्रति है कि आपका सवाल गोल्ड रिजर्व्स के प्रति है? सो लेट मी अंडरस्टैंड, गोल्ड रिजर्व की तो क्लियर होगी ना, वी डोंट हैव, गुरुद्वारों के अंदर देयर इज नो गोल्ड रिजर्व, सो वो तो गल ही क्लियर हो गई। इवन इफ यू विल आस्क, इफ पीएम मोदी विल आस्क, वी कांट गिव, आई डोंट नो, साडे सियासतदानां दा आपां नहीं दे सकते क्योंकि साडे कोल रिजर्व ही नहीं हैगा। पहली गल तो यह हैगी है। ਦੂਜੀ ਗੱਲ, ਸਾਨੂੰ ਦੱਸਣ ਦੀ ਲੋੜ ਨਹੀਂ ਕਿ ਅਸੀਂ ਕਿੰਨੀ ਮਾਨਵਤਾ ਦੀ ਸੇਵਾ ਕਰ ਰਹੇ ਹਾਂ, ਹੈ ਨਾ। ਸਵਾਲ ਮੇਰਾ ਇਹ ਬਣਦਾ ਕਿ ਪੀਐਮ ਕੇਅਰ ਐਕਟ ਦੀ ਲੋੜ ਕਿਉਂ ਪਈ? ਸਵਾਲ ਆਰਐਸਐਸ ਦੇ ਉੱਤੇ ਇਹ ਉੱਠ ਰਹੇ ਨੇ ਕਿ ਉਹਨਾਂ ਨੂੰ ਹਿੰਦੂ ਰਾਸ਼ਟਰ ਏਜੰਡੇ ਨੂੰ ਪੂਰਾ ਕਰਨ ਦੇ ਲਈ ਇਸ ਫੰਡਸ ਦੀ ਲੋੜ ਹੈ, ਔਰ ਜਿਹੜੇ ਫੰਡਸ ਨੇ, ਲੋਕਾਂ ਦੇ ਜਿਹੜੇ ਟੈਕਸ ਨੇ, ਤੁਸੀਂ ਉਹਨੂੰ ਯੂਟੀਲਾਈਜ਼ ਕਰੋਗੇ ਆਪਣੇ ਏਜੰਡੇ ਨੂੰ ਪੂਰਾ ਕਰਨ ਦੇ ਲਈ? ਇਹ ਕੌਣ ਕਹਿ ਰਿਹਾ? ਇੱਕ ਵਾਇਦਾ ਚੱਲ ਰਹੀ ਹੈਗੀ ਹੈ ਸੋਸ਼ਲ ਮੀਡੀਆ ਦੇ ਉੱਤੇ, ਔਰ ਵੱਖ ਵੱਖ ਜਿਹੜੇ, ਮੈਂ ਤੁਹਾਨੂੰ ਇਹ ਦੱਸ ਦੇਵਾਂ ਕਿ ਜਿਹੜੇ ਸਿਆਸਤ ਤੁਹਾਡਾ ਵਿਰੋਧੀ ਧਿਰਾ, ਯੂਅਰ ਓਪੋਨੈਂਟ ਪਾਰਟੀਜ਼, ਉਹਨਾਂ ਨੇ ਇਸ ਗੱਲ ਨੂੰ ਵੀ ਕਰਾਰ ਦਿੱਤਾ ਕਿ ਪੀਐਮ ਕੇਅਰ ਐਕਟ ਨੂੰ ਤੁਸੀਂ ਆਡਿਟ ਨਹੀਂ ਕਰਾ ਸਕਦੇ, ਔਰ ਪੀਐਮ ਰਿਲੀਫ ਫੰਡ ਆਡਿਟ ਹੋ ਸਕਦਾ, ਔਰ ਜਿਹੜਾ 70 ਸਾਲ ਤੋਂ ਚੱਲਦਾ ਹੋਇਆ ਆ ਰਿਹਾ ਉਹਨੂੰ ਨਾ ਤੁਸੀਂ ਜਾਰੀ ਰੱਖਦੇ, ਪੀਐਮ ਕੇਅਰ ਐਕਟ ਜਿਹੜਾ ਸ਼ੁਰੂ ਕਰ ਦਿੱਤਾ, ਸੋ ਉਹਦਾ ਹਿਸਾਬ ਕੌਣ ਰੱਖੇਗਾ? ਓਕੇ, ਸੋ ਸਭ ਤੋਂ ਪਹਿਲੀ ਬਾਤ, पीएम नेशनल रिलीफ फंड जिनकी स्थापना 1948 में हुई थी, 1985 में राजीव गांधी, स्वर्गीय राजीव गांधी जी ने एक उसके अंदर संशोधन लेके आए थे जिसके अंदर द एंटायर मैनेजमेंट वॉज एंट्रस्टेड अपॉन, जिनकी पूरी जिम्मेवारी सिर्फ प्राइम मिनिस्टर की जिम्मेवारी थी। तो बेसिकली इट मीन्स सिर्फ प्राइम मिनिस्टर की जिम्मेदारी है जो भी फंड आएगा उसको कैसे आप डिस्ट्रीब्यूट करें। अब अगर आप जो मोदी साहब ने 2020 में जो पीएम केयर फंड की जो स्थापना की है, ही हैज बेसिकली डेलीगेटेड दैट रिस्पॉन्सिबिलिटी, सो दैट एंटायर रोल जो सिर्फ प्राइम मिनिस्टर के हाथ में दिए थे 85 के जो अमेंडमेंट के अंदर, वो अभी इस बाय मोदी जी पीएम केयर, नाउ देयर आर थ्री मिनिस्टर्स, होम मिनिस्ट्री व्हिच इज श्री अमित शाह जी, डिफेंस मिनिस्ट्री श्री राजनाथ सिंह जी, और फाइनेंस मिनिस्ट्री मिसेस निर्मला सीतारामन जी। ये तीन बड़े इंपॉर्टेंट पद के लोग उनके साथ, मोदी जी के साथ में काम करके पीएम केयर ट्रस्ट का जो फंड होगा उसको डिस्ट्रीब्यूट करेंगे। तो अगर आप देखें, बाय हैविंग दिस लॉ, मोदी जी हैव डेलीगेटेड द एंटायर रिस्पॉन्सिबिलिटी। एक डिक्टेटरशिप जो होती थी पहले के लॉ में, उसे पूरा डिसेंट्रलाइज कर लिया है। बहुत सारे लोगों को नहीं पता ये। अच्छा, दूसरी बात, जो पीएम जिसको हम पीएम एनआरएफ फंड बोलते हैं, उसको 48 से लेके अब तक, जिसको आप नेशनल कंट्रोलर ऑडिटर जनरल कहते हैं या फिर सीएजी जिसको कहते हैं, विच इज द अपेक्स बॉडी, दे नेवर अलाउड सीएजी टू ऑडिट द पीएम एनआरएफ। दे यूज्ड टू गेट इट डन बाय अ थर्ड पार्टी, सम टॉम डिक एंड हैरी, जिसको थोड़ा पैसा देके भाई कंप्लायंस हमको रिपोर्ट दे दो। कैग जो नेशनल संस्था है, कंट्रोलर ऑडिटर जनरल, उनसे कभी ऑडिट नहीं किया था।
ये तो अभी दो महीने पहले फंड किया है, इसकी खासियत ये है दिस फंड। ओके चलो मैं तो खासियत जानांगा कार्लेकर जी, मैनू इत्थे एक ब्रेक लिए रुकना पैना है और काफ़ी सारे कॉलर्स भी साढ़े नाल जुड़े हुए हैं, उन्होंने भी असी कॉल लवेंगे, उन्होंने भी सवाल होणगे तुहाडू। फिलहाल एक ब्रेक लिए रुकते हैं, ब्रेक तो बाद इस प्रोग्राम इसी तरीके रखांगे जारी। एक बार स्वागत है, मेरे नाल दोनों पैनलिस्ट जुड़े हुए हैं, RSS एक्सपर्ट डी कार्लेकर ते नाल गुरप्रीत सिंह कैलिफोर्निया सिख एक्टिविस्ट। कॉलर्स भी काफ़ी सारे जुड़े हुए हैं, मैं टेक्निकल टीम को दरख्वास्त करा कि दोनों गैसा टीवी स्क्रीन के उत्ते लाया जाए ताकि असं अपने कॉलरस की भी गल सुन सकी। हैलो सत श्रीकाल जी, तुम ऑन एयर हो, कौन बोल रहे हो, कितों बोल रहे हो? मैं जगपाल सिंह बोलता जी, सैन फ्रांसिसको कैलिफोर्निया तो। हाँ जी जगपाल सिंह जी, की सवाल है थोड़ा? ਭਾਜੀ ਸਵਾਲ ਇਹ ਆ ਵੀ ਦੇਖੋ ਜਦੋਂ ਮੁਗਲ ਅੰਪਾਇਰ ਕੋਲ ਪਾਵਰ ਸੀ ਹੈ ਨਾ ਜੀ, ਜੀ ਉਹ ਹਿੰਦੂਆਂ ਦਾ ਸੋਨਾ ਲਾ ਕੇ ਲੈ ਗਏ ਸੀਗੇ ਕਿਉਂਕਿ ਉਹਨਾਂ ਕੋਲ ਉਸ ਟਾਈਮ ਪੋਲੀਟੀਕਲ ਪਾਵਰ ਸੀ, ਉਹ ਇਹਨਾਂ ਦੇ ਦਰਵਾਜ਼ੇ ਵੀ ਲਾ ਕੇ ਲੈ ਕੇ ਤੇ ਸੋਨਾ। ਹੁਣ ਇਸ ਵੇਲੇ ਹਿੰਦੂਆਂ ਕੋਲ ਪੋਲੀਟੀਕਲ ਪਾਵਰ ਹੈ, ਇਸ ਕਰਕੇ ਹੁਣ ਸਾਡੇ ਗੁਰਦੁਆਰੇ ਦੀ ਅੱਖ ਰੱਖੀ ਬੈਠੇ ਆ। ਕਦੀ ਸਾਡੇ ਦਰਵਾਜ਼ੇ, ਕਦੀ ਮਨਿੰਦਰ ਸਿਰਸੇ ਨੇ, ਪਹਿਲਾਂ ਮਨਿੰਦਰ ਸਿਰਸੇ ਦੇ ਪੁੱਛੋ ਵੀ ਇਹ ਗੱਲ ਤਾਂ ਕਹੀ ਕਿਉਂ ਆ, ਉਹਦੇ ਪਿੱਛੇ ਉਹਦਾ ਲੌਜਿਕ ਕੀ ਆ? ਰਾਈਟ, ਇੰਟੈਂਸ਼ਨ ਦੀ ਗੱਲ ਹੋ ਰਹੀ ਹੈ, ਬਿਲਕੁਲ ਮੈਂ ਐਗਰੀ ਕਰਦਾ ਹਾਂ। ਨਹੀਂ ਇਹ ਡਿਸੀਜਨ, ਇੱਕ ਮਨਿੰਦਰ ਸਿਰਸੇ ਦੀ ਆਵਾਜ਼ ਨਹੀਂ, ਇਹਦੇ ਪਿੱਛੇ ਜਿਹੜੀ ਇਹਨਾਂ ਦੀ ਇੰਡੀਅਨ ਸਟੇਟ ਦੀ ਈਵਲ ਅਟੈਂਸ਼ਨ ਆ ਨਾ, ਉਹ ਸ਼ੋਅ ਹੁੰਦੀ ਆ ਵੀ ਹੁਣ ਇਹਨਾਂ ਨੇ ਅੱਖ ਕਿੱਥੇ ਰੱਖ ਲਈ ਆ। ਸਾਡੇ ਗੁਰਦੁਆਰੇ ਦੇ ਅੰਦਰ ਲੰਗਰ, ਉਹ ਤੇ ਇਹਨਾਂ ਨੇ GST ਟੈਕਸ ਲਾ ਦਿੱਤਾ। ਬਾਕੀ ਭਾਜੀ ਹੋਰ ਮੈਂ ਦੱਸਦਾ, ਦੇਖੋ ਇਹਨਾਂ ਨੇ GST ਟੈਕਸ ਲਾ ਕੇ ਸਾਰੀਆਂ ਸਟੇਟਾਂ ਨੂੰ ਖੱਸੀ ਕਰਤਾ ਫੜ ਕੇ, ਹੈ ਉਹ ਪੈਸਾ ਪੰਜਾਬ ਦਾ। ਸਾਡਾ ਜਿੱਦਾਂ ਫੈਡਰਲ ਗਵਰਨਮੈਂਟ ਦਾ ਟੈਕਸ ਬਣਦਾ ਇਹਨਾਂ ਨੂੰ ਦਈਏ, ਬਾਕੀ ਤਾਂ ਅਸੀਂ ਆਪਣਾ ਰੱਖੀਏ, ਅਸੀਂ ਆਪਣਾ ਪੈਸਾ ਸਾਰਾ ਦੇ ਕੇ ਬਾਅਦ ਵਿੱਚ ਸਾਡੇ ਮਿਨਿਸਟਰ ਫਾਈਨੈਂਸ ਮਿਨਿਸਟਰ ਜਾ ਕੇ ਉੱਥੇ ਇਹਨਾਂ ਦੀਆਂ ਚੱਪਲੀਆਂ ਝਾੜਦੇ ਰਹਿੰਦੇ ਆ। ਇਹ ਸਿੰਸ ਇਹ ਦੱਸਣ ਵੀ ਸਿੰਸ 1947 ਤੋਂ ਲੈ ਕੇ ਹੁਣ ਤੱਕ ਇਹਨਾਂ ਨੇ ਸਿੱਖਾਂ ਦੇ ਨਾਲ ਕਿਹੜੀ, ਸਿੰਸ 1947 ਤੋਂ ਲੈ ਕੇ ਹੁਣ ਤੱਕ ਇਹਨਾਂ ਨੇ ਉਨਾ ਸਿੱਖ ਮਾਰਤਾ ਜਿੰਨਾ ਪਿਛਲਾ ਸਾਡਾ 400 ਸਾਲ ਚ ਨਹੀਂ ਕਿਸੇ ਨੇ ਮਾਰਿਆ। 17 ਸਾਲਾਂ ਚ ਇਹਨਾਂ ਨੇ ਇੰਨਾ ਸਿੱਖ ਸਾਡਾ ਕਤਲ ਕਰਕੇ ਸੁੱਟਤਾ, ਇੰਨਾ ਇੰਨੀ ਸਾਨੂੰ ਫਾਈਨੈਂਸ਼ੀਅਲੀ ਬਰਬਾਦ ਕੀਤਾ, ਇੰਨੀ ਸਾਡੀ ਸਾਰੀ ਜਿਹੜੀ ਲੈਂਡ ਆ ਉਹਨੂੰ ਇੰਨਾ ਫਰਟੀਲਾਈਜ਼ਰ ਪਾ ਪਾ ਕੇ ਇਹਨਾਂ ਨੇ ਖੱਸੀ ਕਰਤਾ ਵੀ ਆਉਣ ਵਾਲੇ ਸਮੇਂ ਚ ਉੱਥੇ ਫਸਲਾਂ ਉੱਗਣੀਆਂ ਬੰਦ ਹੋ ਜਾਣੀਆਂ, ਪਾਣੀ ਸਾਡਾ ਇਹਨਾਂ ਨੇ ਗੰਦਾ ਕਰਤਾ। ਦੇ ਆਰ ਕਿਲਿੰਗ ਅਸ ਆਲ ਐਂਗਲਸ। ਰਾਈਟ, ਮੈਂ ਤੁਹਾਡੇ ਜਜ਼ਬਾਤਾਂ ਦੀ ਕਦਰ ਕਰਦਾ, ਮਿਹਰਬਾਨੀ ਤੁਸੀਂ ਕਾਲ ਕੀਤੀ, ਸਾਡੇ ਨਾਲ ਹੋਰ ਵੀ ਕਾਲਰਸ ਨੇ ਉਹਨਾਂ ਨੂੰ ਵੀ ਸੁਣ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ ਹੋ ਜੀ? ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਹਰਜੀਤ ਸਿੰਘ ਹੁੰਦਲ ਬੋਲ ਰਿਹਾ। ਹਾਂਜੀ ਹੁੰਦਲ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਜੀ ਜੀ, ਚੜ੍ਹਦੀ ਕਲਾ, ਤੁਸੀਂ ਸੁਣਾਓ। ਹਾਂ ਬਹੁਤ ਵਧੀਆ ਜੀ, ਬਹੁਤ ਜੀ, ਕੀ ਕਹਿਣਾ ਚਾਹੋਗੇ? ਹਾਂਜੀ, ਬਹੁਤ ਤੁਹਾਡਾ ਮੁੱਦਾ ਬਹੁਤ ਵਧੀਆ ਆਇਆ, ਮੈਂ ਸੋਸ਼ਲ ਮੀਡੀਆ ਤੇ ਵੀ ਦੇਖਿਆ ਆ ਵੀ ਇਹ ਸਿਰਸਾ ਸਾਹਿਬ ਦੀ ਜਿਹੜੀ ਵੀਡੀਓ ਘੁੰਮ ਰਹੀ ਆ, ਪਰ ਉਹਨਾਂ ਨੇ ਇੱਕ ਸਪਸ਼ਟੀਕਰਨ ਵੀ ਬਾਅਦ ਵਿੱਚ ਦਿੱਤਾ ਆ ਜੀ, ਪਰ ਮੈਂ ਇੱਕ ਗੱਲ ਇਹ ਜ਼ਰੂਰ ਕਹਿ ਦੇਣੀ ਚਾਹੁੰਦਾ ਆ ਕਿ ਗੁਰੂ ਘਰਾਂ ਦੇ ਵਿੱਚ ਸੋਨਾ ਤੇ ਗੁਰੂ ਘਰਾਂ ਦੀ ਮਾਇਆ ਤੇ ਗੁਰੂ ਘਰਾਂ ਦੇ ਵਿੱਚ ਜਿਹੜੀ ਰਸਤ ਆ ਉਹ ਗੁਰੂ ਘਰਾਂ ਦੀ ਆ, ਉਹਦੇ ਵਿੱਚ ਕਿਸੇ ਸਰਕਾਰ ਦਾ ਕੋਈ ਹਿੱਸਾ ਨਹੀਂ ਤੇ ਨਾ ਸਰਕਾਰ ਦਾ ਉਹਦੇ 'ਚ ਕੋਈ ਦਾਵਾ। ਹਾਂ, ਇਹ ਗੁਰੂ ਘਰਾਂ ਦੀ ਜਿਹੜੀ ਰਸਤ ਆ ਜਾਂ ਗੁਰੂ ਘਰਾਂ ਦੀ ਪ੍ਰਾਪਰਟੀ ਆ ਉਹਦੇ ਉੱਤੇ ਹੀ ਹੁਣ ਜਿਹੜੇ ਆ ਲੰਗਰ ਚੱਲ ਰਹੇ ਨੇ। ਮੈਂ ਉਹਨਾਂ ਲੋਕਾਂ ਨੂੰ ਵੀ ਇਹ ਗੱਲ ਜਿਹੜੀ ਆ ਨਾ ਪੁੱਛਣੀ ਚਾਹੁੰਦਾ ਜੀ ਕਿ ਜਿਹੜੇ ਲੋਕ ਅੱਜ ਸੋਸ਼ਲ ਮੀਡੀਆ ਤੇ ਗੱਲ ਕਹਿ ਦਿੰਦੇ ਨੇ ਕਿ ਗੁਰੂ ਘਰਾਂ ਦੇ ਵਿੱਚ ਜਾ ਕੇ ਮਾਇਆ ਨਾ ਪਾਓ, ਉੱਥੇ ਭੇਟਾਂ ਨਾ ਦਿਓ, ਪਰ ਮੈਂ ਉਹਨਾਂ ਨੂੰ ਇਹ ਗੱਲ ਪੁੱਛਣੀ ਚਾਹੁੰਦਾ ਆ ਕਿ ਭਲਿਓ ਲੋਕ ਮੈਨੂੰ ਇਹ ਗੱਲ ਦੱਸੋ ਵੀ ਜੇ ਤੁਸੀਂ ਉਹ ਮਾਇਆ ਨਾ ਪਾਈ ਹੁੰਦੀ, ਜੇ ਗੁਰੂ ਘਰਾਂ ਦੇ ਵਿੱਚ ਸ਼ਰਧਾ ਨਾਲ ਲੋਕਾਂ ਨੇ ਚੜਾਵਾ ਨਾ ਚਾੜਿਆ ਹੁੰਦਾ, ਜਿਹੜੇ ਅੱਜ ਕੱਲ ਮਾਹੌਲ ਦੇ ਮੁਤਾਬਕ ਜੋ ਕੁਝ ਮਹਾਮਾਰੀ ਚੱਲ ਰਹੀ ਆ, ਲੋਕਾਂ ਨੂੰ ਲੰਗਰ ਛਕਾਉਣਾ, ਲੋਕਾਂ ਦੀ ਸਹਾਇਤਾ ਕਰਨੀ, ਈਵਨ ਕੱਲੇ ਪੰਜਾਬ ਦੇ ਵਿੱਚ ਨੀ, ਬਿਹਾਰੀ ਮਜ਼ਦੂਰ ਜਿਹੜੇ ਸੜਕਾਂ ਤੇ ਉਤਰੇ ਜਾਂਦੇ ਆ ਉਹਨਾਂ ਚ ਵੀ ਸਿੱਖਾਂ ਨੇ ਜੀ ਬਿਲਕੁਲ, ਉਹਨਾਂ ਵਾਸਤੇ ਵੀ ਸਿੱਖਾਂ ਦੀ ਜਿਹੜੀ ਇਸ ਮੈਂ ਕਹਾਂਗਾ ਇਮੇਜ ਹੈਗੀ ਹੈ ਆਲ ਓਵਰ ਵਿਸ਼ ਦੇ ਵਿੱਚ ਰਿਕੋਗਨਾਈਜ਼ ਕਰਾਉਣ ਦੀ ਲੋੜ ਨਹੀਂ ਹੈਗੀ, ਪਰ ਮਸਲਾ ਇੱਥੇ ਇਹ ਬਣਦਾ ਕਿ ਸਾਨੂੰ ਭਾਰਤ ਦੇ ਵਿੱਚ ਕਿਉਂ ਆਪਣੇ ਹੀ ਮੁਲਕ ਦੇ ਵਿੱਚ ਹੀ ਕਿਉਂ ਸਾਨੂੰ ਆਪਣੀ ਐਕਨੋਲੇਜਮੈਂਟ ਕਰਾਉਣ ਦੀ ਜਿਹੜੀ ਉਹ ਜੱਦੋਜਹਿਦ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਜੂਝਣਾ ਪੈ ਰਿਹਾ, ਜਿਵੇਂ ਕਾਲਰਸ ਨੇ ਵੀ ਕਿਹਾ। ਸਾਨੂੰ ਇੱਕ ਕਾਲਰ ਹੋਰ ਵੀ ਸਾਡੇ ਨਾਲ ਜੁੜੇ ਹੋਏ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ?
हाँ जी, मैं डॉक्टर कालो बरकले तो। हाँ जी, सासी का डॉक्टर कालो जी। सरसा साहब नू यही कहूंगा, बड़ी सिंपल गल है जी, जिवें कहंदे हुंदे ना, पुट योर मनी वेयर योर माउथ इज। जिन्ने चिर दे ए सिक्की च होए आ, जो भी इन्हां ने जमा कीता उदों दा, इन्हां नू खुद चाहिए आपदी जनानी दे आपदे घर दे गहने गट्टे दान करन। नहीं ए गुरु ग्रंथ साहब च पढ़न, जिहड़ा और उपदेश है आप ना करे। नहीं, इन्हां दी बड़ी निखेध गल आ। मैं भी भगया हां, होर भी सिख भगे होए आ। मेरा ख्याल सानू भखना नहीं चाहिदा। एक निखेध बंदे ने निखेध गल कीती आ। वाहिगुरु जी का खालसा, वाहिगुरु जी की फतेह। वाहिगुरु जी का खालसा, वाहिगुरु जी की फतेह। कॉलर्स होर भी काफी सारे ने, उन्हां नू भी आपे लवांगे। मैं इत्थे प्रतिक्रम लैना चाहुंदा डी कारलेकर होरां दे, जिहड़े कॉलर्स ने सानू कॉल कीती, काफी उन्हां दे मन दे विच रोष हैगा। कारलेकर जी, योर स्टेटमेंट ऑन दिस। देखो, सबसे पहली बात, शीर्षा जी का स्टेटमेंट आ गया क्लैरिफाइंग व्हाट हिज पोजीशन वाज। ही वाज कोटेड आउट ऑफ कॉन्टेक्स्ट। उन्होंने ये नहीं कहा था कि गुरुद्वारा जो सोना होगा वो आप गवर्नमेंट को दो, बिकॉज यू नो वहां पे कोई सोना अर्पण नहीं करता, गोल्ड कोई अर्पण नहीं करता। सो इट वाज टेकन कंप्लीटली आउट ऑफ कॉन्टेक्स्ट। उन्होंने अपना बयान जारी किया है, लोगों को ना, दिस आर प्रेसिंग टाइम्स। अगर आप देखें ये कोरोना की जो महामारी है, पूरी दुनिया में 50 लाख से ज्यादा लोगों को ये महामारी हुई है। नहीं, जिसमें महामारी की गल करले कर, महामारी तो हो रही है, वी नो अबाउट दैट, ठीक है। पर गलत है जी, मसला सब तो अहम हो रहा है कि केड़ी नज़र जी है इस टाइम, बिकॉज उंगलों जी आर एस एस से हमेशा उड़ती हैं। सो तुसी उस गल का स्पष्टीकरण दो। गुरप्रीत सिंह कैलिफोर्निया जी, तुसी ऐड करना चाहोगे इन्हां दी कोई गल दे उत्ते? जी देखो, बिल्कुल जिहड़े भाई साहब बोल गए, वो गुस्सा हमेशा साडा रहना ही है जी। वो गुस्सा ठंडा नहीं हो सकता, चाहे कांग्रेस होवे, चाहे बीजेपी होवे, चाहे कुछ भी होवे जी। हुण इन्हां ने जिहड़ी गल कीती इन्हां ने फंड दी, हां ਇਹਨਾਂ ਨੇ ਨਵਾਂ ਐਕਟ ਬਣਾਇਆ। ਇਹ ਜਿਹੜਾ ਰਾਜੀਵ ਗਾਂਧੀ ਵਾਲਾ ਸੀ, ਉਹਨੂੰ ਸੋਧਿਆ ਜਾ ਸਕਦਾ ਸੀ ਨਾ, ਹਾਂ, ਕਿਉਂਕਿ ਮੋਦੀ ਤੇ ਹੁਣ ਵਿਸ਼ਵਾਸ ਕੌਣ ਕਰੇਗਾ? ਬਾਰ ਬਾਰ ਜਿਹੜੀਆਂ ਗੇਮਾਂ ਚੱਲ ਰਹੀਆਂ ਨੇ, ਕਦੀ ਕਾਲਾ ਧਨ ਅੱਜ ਤੱਕ ਵਾਪਸ ਆਇਆ, ਕਹਿੰਦੇ 15 ਲੱਖ ਜਿਹੜਾ ਉਹ ਜੁਮਲਾ ਸੀ ਮੇਰਾ ਨਾ, ਜੁਮਲੇ ਤੇ ਵਿਸ਼ਵਾਸ ਨਹੀਂ ਕਰ ਸਕਦੇ। ਪੈਸਾ ਹਿੰਦੁਸਤਾਨ ਚੋਂ ਬਾਹਰ ਜਾ ਰਿਹਾ, ਅੰਦਰ ਨਹੀਂ ਆ ਰਿਹਾ। ਜੇ ਕੋਈ ਸੁਹਿਰਦਤਾ ਸੀ ਮੋਦੀ ਸਾਹਿਬ ਦੀ, ਤੇ ਉਹ ਜਿਹੜਾ ਐਕਟ ਆਲਰੇਡੀ ਬਣਿਆ ਹੋਇਆ ਉਹਨੂੰ ਸੋਧ ਕਰ ਲੈਂਦੇ ਜੀ, ਨਵਾਂ ਨਾ ਬਣਾਉਂਦੇ। ਤੇ ਜਿਹੜਾ ਹੁਣ ਤੱਕ ਹਿੰਦੁਸਤਾਨ ਦੀ ਹਾਲਤ ਹੋਈ ਹੈ, ਗਵਰਨਮੈਂਟ ਨੇ ਕੀ ਸੰਭਾਲਿਆ ਹੈ ਆਪਣੇ ਨਾਗਰਿਕਾਂ ਨੂੰ? ਵਿਚਾਰੇ ਬਿਹਾਰੀ ਜਿਹੜੇ ਨੇ ਜੀ, ਉਹ ਤੁਰ ਕੇ ਆ ਰਹੇ ਨੇ, ਨਾ ਬੱਸਾਂ ਦਾ ਪ੍ਰਬੰਧ, ਨਾ ਟ੍ਰੇਨਾਂ ਦਾ ਪ੍ਰਬੰਧ, ਨਾ ਟਰੱਕਾਂ ਦਾ ਪ੍ਰਬੰਧ। ਇੰਡੀਅਨ ਗਵਰਨਮੈਂਟ ਜਿਹਨੂੰ ਪੰਜਾਬ ਤੋਂ ਬਿਹਾਰ ਚ ਮਾਈਗ੍ਰੇਟ ਹੀ ਕਰਨੇ ਨੇ ਨਾ, ਰਾਈਟ? ਠੀਕ ਹੈ, ਗੁਰੂ ਘਰ ਦੇਖੋ, ਗੁਰੂ ਘਰ ਤੇ ਅਸੀਂ ਤਾਂ ਬਹੁਤ ਪੈਸਾ ਲਾ ਰਹੇ ਹਾਂ, ਸਾਡੇ ਵੀ ਦਸਵੰਧ ਜਾ ਰਹੇ ਨੇ, ਲੰਗਰ ਲੱਗ ਰਹੇ ਨੇ, ਦਵਾਈਆਂ ਦੇ, ਕੱਪੜਿਆਂ ਦੇ, ਜੁੱਤੀਆਂ ਦੇ, ਰਾਸ਼ਨ ਦੇ, ਜੂਸ ਦੇ, ਪਾਣੀ ਦੇ। ਓਕੇ, ਮੈਂ ਜਿਆਦਾ ਮੋਦੀ ਸਰਕਾਰ ਜੀ ਕੋਈ ਇਨੀਸ਼ੀਏਟਿਵ, ਬਿਲਕੁਲ ਮੋਦੀ ਸਰਕਾਰ ਦੀ, ਮੋਦੀ ਸਰਕਾਰ ਦੀ ਇੰਟੈਂਸ਼ਨ ਜਿਹੜੀ ਹੈ ਉਹ ਕਲੀਅਰ ਹੋਣੀ ਚਾਹੀਦੀ ਹੈ ਕਿ ਉਹਨਾਂ ਦੀ ਇੰਟੈਂਸ਼ਨ ਕੀ ਹੈ। ਔਰ ਜਦ ਸਾਡੇ ਹੀ ਲੀਡਰ ਆ ਕੇ ਦਿੰਦੇ ਆ, ਤਾਂ ਮੈਨੂੰ ਲੱਗਦਾ ਬਿਆਨ ਕਿ ਕਿਸੇ ਨਾ ਕਿਸੇ ਉਹ ਹੱਲਾਸ਼ੇਰੀ ਹੈ, ਆਰ ਐਸ ਐਸ ਦੇ ਜਾਣਕਾਰਾਂ ਨੂੰ ਮਿਲਦੀ ਹੈ, ਔਰ ਹੱਲਾਸ਼ੇਰੀ ਜਿਹੜੀ ਉਹ ਬੀਜੇਪੀ ਦੇ ਸਿਆਸਤਦਾਰਾਂ ਨੂੰ ਮਿਲਦੀ ਹੈ। ਕਹਿੰਦੇ ਨਾ, ਆਪਣਾ ਸਿੱਕਾ ਹੀ ਜਦ ਖੋਟਾ ਹੁੰਦਾ ਤਾਂ ਫਿਰ ਆਪਾਂ ਕਿਸੇ ਹੋਰ ਦੇ ਉੱਤੇ ਉਂਗਲ ਕਿਉਂ ਚੱਕੀਏ? ਇਸ ਦੇ ਉੱਤੇ ਵਿਚਾਰ ਨੂੰ ਅਸੀਂ ਲਗਾਤਾਰ ਜਾਰੀ ਰੱਖਾਂਗੇ। ਫਿਲਹਾਲ ਮੈਂ ਰੁਕ ਰਿਹਾ ਇੱਕ ਬ੍ਰੇਕ ਲਈ। ਬ੍ਰੇਕ ਤੋਂ ਬਾਅਦ ਕਾਫੀ ਸਾਰੇ ਕਾਲਰਸ ਵੀ ਨੇ, ਤੁਸੀਂ ਆਪਣੇ ਫੋਨ ਕਾਲ ਨਾ ਕੱਟਿਓ, ਲਵਾਂਗਾ ਤੁਹਾਡੀ ਕਾਲਸ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਵਾਗਤ ਹੈ। ਕਾਫੀ ਸਾਰੇ ਜਿਹੜੇ ਕਾਲਰਸ ਨੇ ਉਹ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਨੂੰ ਵੀ ਸੁਣਨਾ ਲਾਜ਼ਮੀ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ? ਸਤਿ ਸ਼੍ਰੀ ਅਕਾਲ ਜੀ, ਹੈਲੋ ਹੈਲੋ। ਮੈਂ ਆਪਣੇ ਦਰਸ਼ਕਾਂ ਨੂੰ ਦਰਖਾਸਤ ਕਰਾਂਗਾ, ਜਦੋਂ ਕਾਲ ਕਰਦੇ ਹਾਂ ਤਾਂ ਪਲੀਜ਼ ਆਪਣੀ ਟੀ ਵੀ ਸੈੱਟ ਦੀ ਵੋਲਿਊਮ ਨੂੰ ਘੱਟ ਕਰ ਲੈਣ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ? ਹੈਲੋ, ਆਈ ਥਿੰਕ ਆਵਾਜ਼ ਸਾਡੇ ਕੋਲ ਨਹੀਂ ਪਹੁੰਚ ਰਹੀ ਕਾਲਰ ਦੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ? ਹੈਲੋ ਹੈਲੋ ਹਰਕਿਰਨ ਜੀ, ਵਿਲ ਯੂ ਗਿਵ ਮੀ 1 ਮਿੰਟ ਸ਼ੋਰ ਟੂ ਕਵਰ ਮਾਈ ਪੁਆਇੰਟਸ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ। ਓਕੇ ਜੀ, ਕਾਰਲੇਕਰ ਜੀ, ਗੋ ਅਹੈਡ। ਆਈ ਥਿੰਕ ਦੇਰ ਇਜ਼ ਸਮ ਟੈਕਨੀਕਲ ਪ੍ਰੋਬਲਮ ਵਿਦ ਆਰ ਫੋਨ, ਯੂ ਗੋ ਅਹੈਡ। ਨੋ ਪ੍ਰੋਬਲਮ, ਆਪਨੇ ਲਾਸਟ ਟਾਈਮ ਵੈਨ ਆਈ ਵਾਸ
कंप्लीटिंग माय स्टेटमेंट, आपने मुझे काट लिया, तो आई वांटेड टू कवर इट। जी, भारत की आबादी 138 करोड़, जी 138 करोड़ की भारत की आबादी है। जी, अब तक 1,00,000 लोग कोरोना पॉजिटिव हुए। जी, और खेद है कि 3,156 लोगों की जाने गई। आप वही अगर मापदंड अमेरिका के साथ लगाए, अमेरिका की लोक संख्या है 34 करोड़, ऑलमोस्ट 1/4 ऑफ द साइज ऑफ इंडिया। जो लोग कहते हैं ना मोदी जी को गाली देते हैं, कुछ भी कहते हैं, थोड़ा अपने गिरबान में झांक के देखें कि भाई देखे, दुनिया के सबसे बड़ा प्रगत देश जहां पे हम रहते हैं, ठीक है, सबसे प्रगत देश, सबसे संपन्न देश, इस देश की आबादी है 34 करोड़, भारत की आबादी है 138 करोड़, यहां पे कोरोना के पेशेंट्स कितने हैं? 15.5 लाख। भारत में कोरोना के पेशेंट कितने हैं? 1,00,000। जी, 15.5 गुना ज्यादा लोग यहां पे पेशेंट है। जब तक यहां पे सबसे ज्यादा अम्यूनिटीज है, यहां पे शुद्ध हवा है, शुद्ध खाना है, इतना सब होने के बावजूद यहां पे कितने लोगों ने अपनी जान गंवाई? 92,000 पीपल डाइड। कार्लेकर जी, यह मुद्दा नहीं है ना, कार्लेकर जी यह मुद्दा ही नहीं है। मुद्दा ऐसे है, तुसी गल करो एक्नॉलेजमेंट दी। नहीं, टू फिनिश, भारत में कितने लोगों की जाने गई? 3,156 लोगों की। जी, गुरप्रीत सिंह जी, प्लीज ऐड ऑन दिस। देखो, ਇਹ ਕਹਿ ਰਹੇ ਨੇ ਕਿ ਇੰਡੀਆ ਦੇ ਵਿੱਚ ਸਿਰਫ ਇੰਨੀ ਆਬਾਦੀ ਦੇ ਬਾਅਦ 1,00,000 ਬੰਦਾ ਮਰਿਆ, ਇੱਥੇ ਇੰਨੇ ਬੰਦੇ ਜਿਹੜੇ ਪੋਜ਼ਿਟਿਵ ਨਿਕਲੇ ਨੇ। ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਇੰਡੀਆ ਦੇ ਹਸਪੀਟਲਸ ਦੇ ਅੰਦਰ ਇਹ ਚੈਕਿੰਗ ਦਾ ਕੀ ਸਿਸਟਮ ਹੈ? ਕਿੰਨੇ ਲੋਕ ਹੁਣ ਤੱਕ ਕਰੋਨਾ ਦੇ ਐਗਜ਼ਾਮ ਹੋ ਚੁੱਕੇ ਨੇ? ਕਿੰਨੇ ਲੋਕ ਚੈੱਕ ਹੋ ਚੁੱਕੇ ਨੇ? ਜੀ, ਔਰ ਜਿਹੜੀ ਇਮਿਊਨਿਟੀ ਦੀ ਗੱਲ ਹੈ, ਇੰਡੀਆ ਦੇ ਵਿੱਚ ਅਸੀਂ ਸੜਕਾਂ ਦੇ ਖਲੋਤੇ ਛੋਲੇ, ਕੱਚਾ ਦੁੱਧ, ਗੰਦੇ ਪਨੀਰ, ਸਭ ਕੁਛ ਖਾ ਜਾਂਦੇ, ਸੋ ਸਾਡੀ ਇਮਿਊਨਿਟੀ ਬਹੁਤ ਤਗੜੀ ਹੈ। ਇਹਦਾ ਕੋਈ ਵੀ ਪ੍ਰਾਈਮ ਮਿਨਿਸਟਰ ਦੀ ਕੋਈ ਸਕੀਮ ਨਾਲ ਕੋਈ ਲੈਂਦ ਨਹੀਂ। ਜਿਹੜਾ ਸਾਡਾ ਮੁੱਦਾ ਇਹ ਹੈ ਵੀ ਅਗਰ ਸ਼ਿਵਰਾਜ ਚੌਹਾਨ ਨੇ ਇਹ ਗੱਲ ਆਖੀ ਸੀਗੀ ਕਿ ਹਿੰਦੂ ਮੰਦਿਰਾਂ ਦਾ ਜਿਹੜਾ ਸੋਨਾ ਉਹ ਗਹਿਣੇ ਧਰ ਕੇ ਤੇ ਵਰਲਡ ਬੈਂਕ ਤੋਂ ਲੋਨ ਲਿਆ ਜਾਵੇ ਤੇ ਬੀਜੇਪੀ ਉਹਦੇ ਖਿਲਾਫ ਕਿਉਂ ਹੈ? ਇਹ ਬੀਜੇਪੀ ਜਿਹੜੀ ਹੈ ਔਰਤਾਂ ਨੂੰ ਕਹਿ ਰਹੀ ਹੈ ਆਪਣੀ ਮੁੰਦਰੀਆਂ ਲਾਓ, ਆਪਣੇ ਕੰਨਾਂ ਚ ਵਾਲੀਆਂ ਲਾਓ, ਇਹ ਸ਼ਿਵਰਾਜ ਚੌਹਾਨ ਨੇ ਜਦ ਗੱਲ ਆਖੀ ਤੇ ਫਿਰ ਕੀ ਏਡਾ ਏਡੀ ਕੀ ਦਿੱਕਤ ਆ ਗਈ ਹੈ? ਰਾਈਟ, ਠੀਕ ਹੈ। ਜਿਹੜਾ ਇੱਥੇ ਇੱਥੇ ਦੇਖੋ, ਇੱਥੇ 1,00,000 ਬੰਦਾ ਇੱਥੇ ਇੰਨੀ ਕਿਉਂ ਕਰੋਨਾ ਪੋਜ਼ਿਟਿਵ ਨਿਕਲੇ? ਕਿਉਂਕਿ ਇੱਥੇ ਐਗਜ਼ਾਮ ਚੈਕਿੰਗ ਬਹੁਤ ਹੋਏ ਨੇ, ਇੱਥੇ ਹਸਪੀਟਲਸ ਬਣੇ ਨੇ, ਇੱਥੇ ਹਬਸ ਬਣੇ ਨੇ, ਇੱਥੇ ਸਟੇਸ਼ਨਸ ਬਣੇ ਨੇ। ਇੰਡੀਆ ਕੀ ਹੋਇਆ ਹੁਣ ਤੱਕ? ਇੰਡੀਆ ਦੇ ਵਿੱਚ ਕੋਈ ਚੈੱਕ ਹੀ ਨਹੀਂ ਕਰ ਰਿਹਾ, ਕਿਉਂਕਿ 4,500 ਰੁਪਈਆ ਕਿਸੇ ਹੋਵੇ ਤੇ ਚੈੱਕ ਕਰਾਵੇ ਜਾ ਕੇ। ਜੀ, ਮੈਂ ਇੱਥੇ ਚੈੱਕ ਹੋ ਬਹੁਤ ਕੁਝ ਨਿਕਲੇ। ਸਾਡਾ ਮੁੱਦਾ ਇੱਥੇ ਰੱਖੋ ਵੀ ਇਹਨਾਂ ਨੇ ਅਜੇ ਤੱਕ ਜਿਹੜੇ 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 ਬਿਹਾਰ ਜਾ ਰਹੇ ਨੇ ਪ੍ਰਵਾਸੀ, ਜਿਹੜੇ ਸਾਡੇ ਪੰਜਾਬੀ, ਉਹ ਜਿਹਨੂੰ ਅਸੀਂ ਬਿਹਾਰੀ ਭਈਏ ਕਹਿੰਦੇ ਆਪਾਂ, ਜੀ, ਉਹਨਾਂ ਵਾਸਤੇ ਕੋਈ ਪ੍ਰਬੰਧ ਨਹੀਂ ਕਰ ਸਕੀ ਹੈ ਸਰਕਾਰ। ਜੇ ਅਸੀਂ ਇਸ ਹਿਸਾਬ ਨਾਲ ਲਵਾਂਗੇ ਤੇ ਚਾਈਨਾ ਨੇ ਤੇ 10 ਦਿਨ ਚ ਹਸਪੀਟਲ ਖੜਾ ਕਰਤਾ ਸੀ 1,000 ਬੈੱਡ ਦਾ, ਤੇ ਅਸੀਂ ਇਹਨੂੰ ਕੰਪੇਅਰ ਨਹੀਂ ਕਰ ਸਕਦੇ। ਗੱਲ ਵੀ ਅਗਰ ਤੁਸੀਂ ਸਾਡੇ ਕੋਲ ਇਹ ਕਹਿ ਰਹੇ ਹੋ ਤੁਸੀਂ ਆਪਣਾ ਸੋਨਾ ਬਾਹਰ ਕੱਢੋ, ਔਰਤਾਂ ਅੱਗੇ ਆਉਣ, ਜੇ ਸ਼ਿਵਰਾਜ ਚੌਹਾਨ ਕਹਿ ਰਹੇ ਨੇ ਵੀ ਜਿੰਨਾ ਮੰਦਰਾ ਸੋਨਾ ਉਹ ਗਹਿਣੇ ਤਰਕੇ ਵਰਲਡ ਬੈਂਕ ਤੋਂ ਲੋਨ ਚੱਕ ਲਓ, ਤੇ ਬੀਜੇਪੀ ਇਹਨੂੰ ਅਪੋਜ਼ ਕਿਉਂ ਕਰ ਰਹੀ ਹੈ? ਰਾਈਟ, ਇੱਕ ਬ੍ਰੇਕ ਲਈ ਮੈਂ ਇੱਥੇ ਰੁਕ ਰਿਹਾ। ਬ੍ਰੇਕ ਤੋਂ ਬਾਅਦ ਕਾਲਰਸ ਕਾਫੀ ਸਾਰੇ ਜੁੜੇ ਹੋਏ ਨੇ, ਕੋਈ ਟੈਕਨੀਕਲ ਪ੍ਰੋਬਲਮ ਕਾਰਨ ਅਸੀਂ ਫੋਨ ਨਹੀਂ ਚੱਕ ਪਾ ਰਹੇ, ਲੇਕਿਨ ਇਸ ਤੋਂ ਬਾਅਦ ਚੱਕਾਂਗੇ ਜ਼ਰੂਰ। ਤੁਸੀਂ ਬਣੇ ਰਹੋ ਸਾਡੇ ਨਾਲ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਵਾਗਤ ਹੈ, ਕਾਲਰ ਸਾਡੇ ਨਾਲ ਜੁੜੇ ਹੋਏ ਨੇ। ਬ੍ਰੇਕ ਤੋਂ ਪਹਿਲਾਂ ਆਪਾਂ ਕਾਲ ਟੈਕਨੀਕਲ ਪ੍ਰੋਬਲਮ ਆ ਰਹੀ ਸੀਗੀ। ਮੈਂ ਸਾਰੇ ਕਾਲਰਸ ਨੂੰ ਕਹੂੰਗਾ ਕਿ ਤੁਸੀਂ ਆਪਣੀ ਟੀਵੀ ਸੈੱਟ ਦੀ ਵੋਲਿਊਮ ਨੂੰ ਘੱਟ ਕਰ ਦਿਓ, 20 ਸੈਕਿੰਡ ਹੈਗੇ ਨੇ ਆਪਣੀ ਗੱਲ ਕਰਨ ਦੇ ਲਈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ? ਸਤਿ ਸ਼੍ਰੀ ਅਕਾਲ ਜੀ, ਹੈਲੋ ਜੀ, ਮੇਰਾ ਕੁਐਸਚਨ ਕਾਰਲੇਕਰ ਜਿਹੜੇ ਆਰਐਸਐਸ ਦੇ ਐਕਟਿਵਿਸਟ ਹੈ ਇਹਨਾਂ ਲਈ ਹੈ ਜੀ। ਜੀ, ਮੇਰਾ ਕੁਐਸਚਨ ਇਹ ਆ, ਯੂ ਨੋ ਆਰਐਸਐਸ ਮੀਨਸ ਦੇ ਕਲੇਮ ਦੇ ਹੈਲਪ ਦੀ ਪੂਅਰ, ਦੇ ਇਨਕਰੀਜ਼ ਪੁੱਛੇ ਜਿਸ ਤਰ੍ਹਾਂ ਦੇ ਹੈਲਪ ਦੇ ਨੇਸ਼ਨ ਬਿਲਡਿੰਗ ਹੈ। ਆਈ ਐਮ ਨੋਟ ਸੀਨ ਇਵਨ ਵਨ ਆਰਐਸਐਸ ਗਾਈ ਹੈਲਪਿੰਗ ਦੋਸ ਪੂਅਰ ਪੀਪਲ ਔਨ ਦੀ ਹਾਈਵੇਜ਼, ਐਂਡ ਮਿਸਟਰ ਨਰਿੰਦਰ ਮੋਦੀ ਪ੍ਰਾਈਮ ਮਿਨਿਸਟਰ, ਹੀ ਇਜ਼ ਹਾਈਡਿੰਗ ਐਟ ਹਿਸ ਪ੍ਰਾਈਮ ਮਿਨਿਸਟਰ ਰੈਜ਼ੀਡੈਂਸ। ਜਿਸਨੇ ਵੀ ਦੁਨੀਆ ਕੇ ਲੋਕ ਪ੍ਰਾਈਮ ਮਿਨਿਸਟਰ ਹੈ, ਹੈਡ ਆਫ ਸਟੇਟ ਹੈ, ਵੋ ਮੋਟੀਵੇਟ ਕਰਤੇ ਹੈ, ਬਾਹਰ ਜਾਤੇ ਹੈ, ਲੋਕੋ ਕੋ ਹੱਲਾ ਸ਼ੇਰ ਦੇਤੇ ਹੈ, ਬਟ ਆਰ ਐਸ ਐਸ ਐਕਟਿਵਿਸਟ ਦੇ ਆਰ ਸਕੇਅਰਡ ਆਫ COVID-19, ਦੈਟਸ ਟਰੂ, ਐਂਡ ਦਿਸ ਗਾਈ ਔਨ ਟੀਵੀ ਹੀ ਇਜ਼ ਲਾਈਂਗ ਥਰੂ ਹਿਸ ਟੀਥ, ਹੀ ਸ਼ੁੱਡ ਬੀ ਅਸ਼ੇਮਡ ਆਫ ਹਿਮਸੈਲਫ। ਥੈਂਕ ਯੂ ਵੈਰੀ ਮਚ, ਆਮ ਕਾਲਿੰਗ ਫਰੋਮ ਕੈਲੀਫੋਰਨੀਆ, ਮਾਈ ਨੇਮ ਇਜ਼ ਰਮੇਸ਼ਿੰਦਰ, ਆਈ ਐਮ ਫਰੋਮ ਪੰਜਾਬ। ਥੈਂਕ ਯੂ ਸੋ ਮਚ, ਮੈਂ ਤੁਹਾਡੇ ਜਜ਼ਬਾਤਾਂ ਦੀ ਕਦਰ ਕਰਦਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ ਹੋ? ਕਰੋੜਾਂ ਅਰਬਾਂ ਖਰਬਾਂ ਰੁਪਇਆ ਪਿਆ, ਤਿੰਨਾਂ ਦੇ ਹਿਸਾਬ
ਸੋਨਾ ਪਿਆ ਉੱਥੋਂ ਕਿਉਂ ਨਹੀਂ ਇਹ ਲੈਂਦੇ ਗੁਰਦੁਆਰੇ ਵਾਲੇ ਕਿਉਂ ਝਾਕਦੇ ਆ ਜੀ 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 ਲੈ ਉੱਥੇ ਗੁਰਦੁਆਰੇ ਦੇ ਕਿਉਂ ਝਾਕਦੇ ਗੁਰਦੁਆਰੇ ਵਾਲੇ ਤਾਂ ਬਹੁਤ ਸੇਵਾ ਕਰਦੇ ਆ ਜੀ ਜੀ ਬਿਲਕੁਲ ਸਾਡਾ ਹੋਰ ਵੀ ਕਾਲਰ ਨੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਨ ਏਅਰ ਹੋ ਕੌਣ ਬੋਲ ਰਹੇ ਕਿੱਥੋਂ ਬੋਲ ਰਹੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਰਕੇਸ਼ ਜੀ ਜੀ ਸਤਿ ਸ਼੍ਰੀ ਅਕਾਲ ਜੀ ਆ ਮੇਰਾ ਉਹਨਾਂ ਨੇ ਇੱਕ ਸਵਾਲ ਕੀਤਾ ਸੀ ਮਿਸਟਰ ਕਰਲੇਕਰ ਨੇ ਜੀ ਉਹਨਾਂ ਨੂੰ ਇਹ ਬੜਾ ਗਲਤ ਅਹਿਸਾਸ ਹੈ ਜੋ ਸੋਚ ਰਹੇ ਹੈ ਕਾਰਨ ਇਹ ਹੈ ਨੰਬਰ ਡਿਫਰੈਂਸ ਦਾ ਇੰਡੀਆ ਤੇ ਅਮਰੀਕਾ ਦਾ ਕਿ ਅਮਰੀਕਾ ਦੇ ਵਿੱਚ ਫੋਰਨ ਟਰੈਵਲ ਇਨ ਐਂਡ ਆਊਟ ਬਿਜ਼ਨਸ ਪੀਪਲ ਐਂਡ ਟੂਰਿਜ਼ਮ ਬਹੁਤ ਜ਼ਿਆਦਾ ਹੈ ਜੀ ਇੰਡੀਆ ਵਿੱਚ ਇਹ ਬਹੁਤ ਘੱਟ ਹੈ ਜੀ ਅਗਰ ਇਹ ਇੰਡੀਆ 'ਚ ਜ਼ਿਆਦਾ ਹੁੰਦਾ ਜਿਹੜੀ ਅਸੀਂ ਉੱਥੇ ਲੋਕਾਂ ਦੀ ਮੂਵਮੈਂਟ ਦੇਖ ਰਹੇ ਹਾਂ ਲੋਕਾਂ ਦੇ ਵਿੱਚ ਉੱਥੇ ਤਾਂ ਲੱਖਾਂ ਲੋਕ ਮਰ ਜਾਣੇ ਸੀ ਸੋ ਇਸ ਕਰਕੇ ਮੋਦੀ ਸਾਹਿਬ ਦਾ ਇਹਨੂੰ ਕੰਟਰੋਲ ਕਰਨ 'ਚ ਕੋਈ ਬਹੁਤ ਲੰਮਾ ਚੌੜਾ ਹੱਥ ਨਹੀਂ ਹੈ ਜੀ ਮਿਹਰਬਾਨੀ ਤੁਹਾਡੀ ਸਤਿ ਸ਼੍ਰੀ ਅਕਾਲ ਤੁਸੀਂ ਆਨ ਏਅਰ ਹੋ ਕੌਣ ਬੋਲ ਰਹੇ ਕਿੱਥੋਂ ਬੋਲ ਰਹੇ ਸਤਿ ਸ਼੍ਰੀ ਅਕਾਲ ਜੀ ਹਨਵਾਲੀਆ ਜੀ ਰਾਜਕੁਮਾਰ ਬੋਲ ਰਹੇ ਹਾਂ ਸਤਿ ਸ਼੍ਰੀ ਅਕਾਲ ਰਾਜਕੁਮਾਰ ਜੀ ਮੇਰਾ ਤਾਂ ਬਹੁਤ ਚਿਰਤੋਂ ਸਵਾਲ ਹੁੰਦਾ ਸੀ ਜੀ ਬਿਲਕੁਲ ਬਿਲਕੁਲ ਮੈਂ ਰਾਜਕੁਮਾਰ ਜੀ ਤੁਹਾਡੇ ਜਜ਼ਬਾਤਾਂ ਦੀ ਕਦਰ ਕਰਦਾ ਕਾਲਰਸ ਵੀ ਬਹੁਤ ਸਾਰੇ ਨੇ ਇੱਕ ਕਾਲਰ ਇੱਕ ਘੰਟੇ ਤੋਂ ਸਾਡੇ ਨਾਲ ਵੇਟਿੰਗ 'ਤੇ ਨੇ ਉਹਨਾਂ ਨੂੰ ਵੀ ਮੈਂ ਸੁਣਨਾ ਚਾਹੁੰਦਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨ ਏਅਰ ਹੋ ਕੌਣ ਬੋਲ ਰਹੇ ਕਿੱਥੋਂ ਬੋਲ ਰਹੇ ਜਵਾਬ ਦੇਣਾ ਪਿਆ ਗੁਰਪ੍ਰੀਤ ਜੀ ਨੂੰ ਤੇ ਗੱਲ ਇੱਥੇ ਏਦਾਂ ਆ ਕਿ ਜਿਹੜਾ ਮੁੱਦਾ ਤੁਸੀਂ ਲੈ ਕੇ ਆਉਂਦੇ ਹੋ ਸਟਰੋਂਗਲੀ ਇਹ ਰੱਖੋ ਉਸਨੂੰ ਦੂਜੀ ਗੱਲ ਸਭ ਤੋਂ ਬੜੀ ਗੱਲ ਆ ਕਿ ਸਿੱਖੀ ਤੇ ਸਿੱਖ ਹਮੇਸ਼ਾ ਹੀ ਪਹਿਲਾਂ ਮੁਗਲਾਂ ਦੇ ਟਾਈਮ ਤੋਂ ਫਿਰ ਅੰਗਰੇਜ਼ਾਂ ਦੇ ਟਾਈਮ ਤੋਂ ਤੇ ਹੁਣ ਫਿਰ ਕਾਂਗਰਸ ਦੇ ਟਾਈਮ ਤੋਂ 84 ਦੇ ਕੀ ਹੋਇਆ ਤੁਹਾਨੂੰ ਸਭ ਨੂੰ ਪਤਾ ਆਪਣੇ ਸਿੱਖਾਂ ਨੂੰ ਸਭ ਨੂੰ ਪਤਾ ਹੈ ਰਾਈਟ ਤੇ ਇਹ ਹਮੇਸ਼ਾ ਹੀ ਅਸੀਂ ਕਰਦੇ ਵੀ ਬਹੁਤ ਕੁਛ ਰਹੇ ਹਾਂ ਕੁਰਬਾਨੀਆਂ ਵੀ ਬਹੁਤ ਕੀਤੀਆਂ ਕੁਰਬਾਨੀਆਂ ਵੀ ਭੁਲਾਤੀਆਂ ਸਭ ਕੁਛ ਭੁਲਾਤਾ ਪਰ ਲੋਕ ਫਿਰ ਵੀ ਸਿੱਖੀ ਨੂੰ ਸਿੱਖਾਂ ਨੂੰ ਮਹੱਤਵ ਨਹੀਂ ਦਿੰਦੇ ਜੀ ਜੀ ਕੋਈ ਇੰਪੋਰਟੈਂਸ ਨਹੀਂ ਦਿੰਦੇ ਬਿਲਕੁਲ ਮੈਂ ਗੁਰਦੇਵ ਜੀ ਤੁਹਾਨੂੰ ਸੁਣਨਾ ਤਾਂ ਚਾਹੁੰਦਾ ਸੀਗਾ ਪਰ ਮੈਨੂੰ ਸਮਾਂ ਇੱਥੇ ਇਜਾਜ਼ਤ ਨਹੀਂ ਦੇ ਰਿਹਾ ਆਈ ਵੁਡ ਲਵ ਟੂ ਹੈਵ ਕਲੋਜ਼ਿੰਗ ਕਮੈਂਟਸ ਫਰੋਮ ਡੀ ਕਾਰਲੇਕਰ ਜੀ ਐਂਡ ਗੁਰਪ੍ਰੀਤ ਸਿੰਘ ਜੀ ਕੈਲੀਫੋਰਨੀਆ ਡੀ ਕਾਰਲੇਕਰ ਜੀ ਤੁਸੀਂ ਸੁਣਿਆ ਕਾਲਰਸ ਨੂੰ ਆਈ ਵਾਂਟ ਯੂਰ ਕਲੋਜ਼ਿੰਗ ਕਮੈਂਟਸ ਔਨ ਦਿਸ ਯੂ ਨੋ ਪ੍ਰੋਗਰਾਮ ਟੁਨਾਈਟ ਕਾਰਲੇਕਰ ਜੀ ਤੁਹਾਡੀ ਆਵਾਜ਼ ਨਹੀਂ ਆ ਰਹੀ ਸਾਡੇ ਕੋਲ ਜੀ ਜੀ 20 ਲੱਖ ਸੇ ਜ਼ਿਆਦਾ ਸੰਘ ਕੇ ਕਾਰਜਕਰਤਾਸ ਆਰ ਹੈਲਪਿੰਗ ਐਸ ਆਫ ਯੈਸਟਰਡੇ 20,000 ਸੰਘ ਕੇ ਕਾਰਜਕਰਤੇ ਵਿਲ ਗੋ ਡੋਰ ਟੂ ਡੋਰ ਟੂ ਡੂ ਦ ਟੈਸਟਿੰਗ ਫਾਰ ਕੋਰੋਨਾ ਵਾਇਰਸ ਅਮਰੀਕਾ ਮੇ 2,800 ਸੇ ਜ਼ਿਆਦਾ ਸੰਘ ਕੇ ਕਾਰਜਕਰਤਾਸ ਥਰੂ ਸੇਵਾ ਇੰਟਰਨੈਸ਼ਨਲ ਆਰ ਡੂਇੰਗ ਡਿਸਟ੍ਰੀਬਿਊਟਿੰਗ ਗਲਵਸ ਡਿਸਟ੍ਰੀਬਿਊਟਿੰਗ ਮਾਸਕ ਡਿਸਟ੍ਰੀਬਿਊਟਿੰਗ ਯੂ ਨੋ ਫੂਡ ਐਂਡ ਵਰਕਿੰਗ ਵਿਦ ਸੋ ਮੈਨੀ ਅਦਰ ਚੈਰੀਟੇਬਲ ਟਰਸਟ ਤੋ ਜੋ ਪਹਿਲੇ ਕਾਲਰ ਥੇ ਮੁਝੇ ਨਹੀਂ ਪਤਾ ਕਹਾਂ ਦੇਖ ਰਹੇ ਥੇ ਔਰ ਕਿਆ ਦੇਖ ਰਹੇ ਥੇ ਬਟ 20 ਲੱਖ ਸੇ ਜ਼ਿਆਦਾ ਕਾਰਜਕਰਤੇ ਭਾਰਤ ਮੇ ਜਿਤਨਾ ਹੋ ਸਕੇ ਉਤਨਾ ਕਰ ਰਹੇ ਹੈ ਵਾਲੰਟਰੀਲੀ ਵਿਦਆਊਟ ਆਸਕਿੰਗ ਫਾਰ ਐਨੀ ਮੋਨਟਰੀ ਹੈਲਪ ਔਰ ਯਹਾਂ ਵੀ 3,000 ਕੇ ਕਰੀਬ ਲੋਕ ਮਦਦ ਕਰ ਰਹੇ ਹੈ ਦੂਸਰੀ ਬਾਤ ਦੁਨੀਆ ਮੇ ਪਹਿਲੀ ਬਾਰ ਭਾਰਤ ਪੂਰੇ ਦੁਨੀਆ ਭਰ ਕੇ ਲੋਕੋ ਕੋ ਦਵਾਈਆਂ ਜੋ ਕਰੋਨਾ ਵਾਇਰਸ ਕੇ ਲੀਏ ਬੜੀ ਕਾਰਗਰ ਹੋਈ ਹੈ ਬੜੀ ਇਫੈਕਟਿਵ ਹੋਈ ਹੈ ਉਹ ਸਪਲਾਈ ਕਰ ਰਹਾ ਹੈ ਇਨਕਲੂਡਿੰਗ ਦੈਟ ਟੂ ਦ USA ਇਟ ਹੈਜ਼ ਸਪਲਾਈਡ ਫਾਰ ਵਿਚ ਟਰੰਪ ਸਾਹਿਬ ਹੈਜ਼ ਪਰਸਨਲੀ ਥੈਂਕਡ ਇੰਡੀਆ ਐਂਡ ਇੰਡੀਅਨ ਗਵਰਨਮੈਂਟ ਓਕੇ ਗੁਰਪ੍ਰੀਤ ਸਿੰਘ ਜੀ ਕੈਲੀਫੋਰਨੀਆ ਦੀ ਜੋੜੀ ਹੈ ਮੋਦੀ ਸਾਹਿਬ ਕੀ ਔਰ ਟਰੰਪ ਸਾਹਿਬ ਕੀ ਮੈਂ ਤਾਂ ਮੇਰੇ ਜ਼ਿੰਦਗੀ ਮੇ ਪਹਿਲੀ ਵਾਰ ਦੇਖ ਰਹਾ ਹੂੰ ਪੂਰੀ ਦੁਨੀਆ ਯੂ ਨੋ ਹੂ ਵਰਲਡ ਹੈਲਥ ਆਰਗੇਨਾਈਜੇਸ਼ਨ ਯੂਨਾਈਟਿਡ ਨੇਸ਼ਨਸ ਹੈਵ ਸਿੰਪਲੀ ਕੰਪਲੀਮੈਂਟਡ ਇੰਡੀਆ ਫਾਰ ਦੇਅਰ ਸਟੈਪਸ ਓਕੇ ਤੋ ਭਾਰਤ ਨੇ ਜੋ ਕਾਮ ਕੀਆ ਹੈ ਇਸ ਕਠਿਨ ਸਮੇਂ ਮੇ ਪੂਰੀ ਦੁਨੀਆ ਉਨਕੀ ਪੀਠ ਥਪਥਪਾ ਰਹੀ ਹੈ ਸ਼ਾਇਦ ਆਪਕੇ ਇੱਕ ਦੋ ਕਾਲਰਸ ਸ਼ਾਇਦ ਨਿਊਜ਼ ਪੇਪਰ ਨਹੀਂ ਦੇਖਤੇ ਹੋਗੇ ਯਾ ਫਿਰ ਟੈਲੀਵਿਜ਼ਨ ਨਹੀਂ ਦੇਖਤੇ ਹੋਗੇ ਮੇਰੀ ਯਹੀ ਗੁਜ਼ਾਰਿਸ਼ ਹੋਗੀ ਕਿ ਟੈਲੀਵਿਜ਼ਨ ਦੇਖੇ ਜੋ ਜੋ ਸਿੱਖੋ ਨੇ ਕਾਮ ਕੀਆ ਹੈ ਉਸਕੇ ਲਈ ਕਿਆ ਹਾਂਜੀ ਜੋ ਸਿੱਖੋ ਨੇ ਕਾਮ ਕੀਆ ਹੈ ਅੱਜ ਸਿੱਖ ਜੋ ਹੈ ਸਿੱਖ ਤੋਂ ਹਮਾਰੇ ਭਾਈ ਹੈ ਹਮਾਰੇ ਭਾਈ ਨਹੀਂ ਬੋਲੀਏ ਇੱਕ ਵਾਰੀ ਹਮਾਰੇ ਭਾਈ
गुरु नानक जी बोलते वी ऑल आर वन, हाँ। संघ भी यही कहता मैं है वी ऑल आर आपको वन। आपको इस मुद्दे के ऊपर लेकर आऊंगा और ये भाई की जो डेफिनेशन है इसको मैं विस्तार में लेकर जाऊंगा। एंड गुरप्रीत सिंह जी कैलिफोर्निया तुम्हारे विचार मैं भी आऊंगा। हाँ आप आवांगे उस मुद्दे आज जी। हाँ जी बिल्कुल, फिर आप धर्म से चर्चा करेंगे जी। देखो दिक्कत की है, जेडे सवाल खड़े किए गए कॉलर वालों ओदा जवाब क्यों नहीं दे रहे जी। ਸਾਡਾ ਮੁੱਦਾ ਸੀਗਾ ਗੁਰਦੁਆਰਿਆਂ ਦੇ ਜਿਹੜੀ ਇਹਨਾਂ ਝਾਕ ਰੱਖੀ ਹੈ, ਤਾਂ ਹੀ ਸ਼ਾਇਦ ਸਿਰਸਾ ਸਾਹਿਬ ਨੇ ਉਹ ਬਿਆਨ ਦਿੱਤਾ ਹੋਗਿਆ ਕਿ ਸਾਰੇ ਧਰਮ ਸੰਸਥਾਵਾਂ ਆਪਣਾ ਜਿਹੜਾ ਸੋਨਾ ਦਾਨ ਕਰੋ, ਠੀਕ ਹੈ ਜੀ। ਜਦ ਚੌਹਾਨ ਨੇ ਆਖਿਆ ਵੀ ਆਪਣੇ ਮੰਦਰਾਂ ਦੇ ਬੂਹੇ ਖੋਲੋ ਤੇ ਸੋਨਾ ਜਿਹੜਾ ਹੈ ਉਹ ਵਰਲਡ ਬੈਂਕ ਨੂੰ ਰੱਖ ਕੇ ਤੁਸੀਂ ਲੋਨ ਚੱਕੋ, ਤੇ ਉਦੋਂ ਉਹਦੀ ਇਹ ਵਿਰੋਧਤਾ ਕਰ ਰਹੇ ਨੇ। ਇਹ ਕਹਿ ਰਹੇ ਵੀ 20 ਲੱਖ ਬੰਦੇ ਜਿਹੜੇ ਸਾਡੇ ਉਹ ਕੰਮ ਕਰ ਰਹੇ ਨੇ, ਪੰਜਾਬ ਦੇ ਵਿੱਚ ਬਿਹਾਰੀ ਜਿਹੜੇ ਨੇ ਉਹ ਪੈਦਲ ਜਾ ਰਹੇ ਨੇ 20 ਲੱਖ ਜਿੰਨਾ आई थिंक कि वो त्रासदी जी है वाकई देख देखनी पै रही है। मेहरबानी थोड़ी गुरप्रीत सिंह जी कैलिफोर्निया, मेहरबानी थोड़ी डी कार लेकर जी, समा मैंने इतने ज़्यादा नहीं दे रहा, लेकिन तुसी अपने मैं ईमेल राही सुनेहे भेज सकते हो या फिर जो भी तुसी प्रतिक्रम भेजना चाहते हो। जिन्हें कॉलर जी मैं कॉल्स नहीं चक पाया मैं थोड़े तो माफ़ी चाहवागा। info@justbroadcasting.com, harkirat@justbroadcasting.com के उत्ते तुसी लिख के मैं भेज सकते हो। फिलहाल अज के इस प्रोग्राम के मैनू दवो इजाजत। धन्यवाद, सत श्री अकाल।